ਸਤਿ ਸ਼੍ਰੀ ਅਕਾਲ ਜੀ, ਮੈਂ ਯੋਗੇਸ਼ ਗੁਰਨਾ ਅਤੇ ਤੁਸੀਂ ਦੇਖ ਰਹੇ ਹੋ ਇੰਡੋਸ ਟੀਵੀ ਆਸਟ੍ਰੇਲੀਆ। ਅੱਜ ਸਾਡੇ ਨਾਲ ਇੰਡੋਸ ਟੀਵੀ 'ਤੇ ਉਹ ਪੰਜਾਬੀ ਸ਼ਖਸੀਅਤ, ਉਹ ਪੰਜਾਬੀ ਸਰਦਾਰ ਮੌਜੂਦ ਨੇ ਜਿਨ੍ਹਾਂ ਨੂੰ ਆਪਾਂ ਤੁਰਦਾ ਫਿਰਦਾ ਪੰਜਾਬ ਵੀ ਕਹਿ ਸਕਦੇ ਹਾਂ। ਜਿੱਥੇ ਜਾਂਦੇ ਨੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਨੂੰ ਨਾਲ ਲੈ ਕੇ ਜਾਂਦੇ ਨੇ। ਅੱਜ ਸਾਡੇ ਨਾਲ ਮੌਜੂਦ ਨੇ ਜੀ ਸਰਦਾਰ ਪਰਮਜੀਤ ਸਿੰਘ ਸਿੱਧੂ ਜੀ, ਜਿਨ੍ਹਾਂ ਨੂੰ ਅਸੀਂ ਪੰਮੀ ਬਾਈ ਜੀ ਦੇ ਨਾਮ ਨਾਲ ਵੀ ਜਾਣਦੇ ਹਾਂ। ਅੱਜ ਕੁਝ ਖਾਸ ਗੱਲਾਂ ਉਹਨਾਂ ਨਾਲ ਕਰਨੀਆਂ ਨੇ, ਜ਼ਿੰਦਗੀ 'ਚ ਕੀ ਉਹਨਾਂ ਨੇ ਹਾਸਲ ਕੀਤਾ, ਕਿਵੇਂ ਕੀਤਾ ਅਤੇ ਕਿਵੇਂ ਆਪਣੀ ਜ਼ਿੰਦਗੀ ਨੂੰ ਸੱਭਿਆਚਾਰ ਦੇ ਲੇਖੇ ਲਾਇਆ, ਭੰਗੜੇ ਦੇ ਲੇਖੇ ਲਾਇਆ ਅਤੇ ਕਿਵੇਂ ਇੱਕ ਵੱਡਾ ਨਾਂ ਪੰਮੀ ਬਾਈ ਜੀ ਦਾ ਬਣਿਆ, ਉਹਨਾਂ ਦੇ ਨਾਲ ਆਪਾਂ ਗੱਲਾਂ ਬਾਤਾਂ ਕਰਾਂਗੇ। ਅਤੇ ਖਾਸ ਤੌਰ 'ਤੇ ਇੱਕ ਕਿਤਾਬ ਦਾ ਜ਼ਿਕਰ ਮੈਂ ਜ਼ਰੂਰ ਕਰਨਾ, ਜਿਸ ਦੀ ਬਦੌਲਤ ਸ਼ਾਇਦ ਅਸੀਂ ਅੱਜ ਇੱਥੇ ਬੈਠੇ ਹਾਂ, ਕਿਉਂਕਿ ਇਹ ਸਾਡੇ ਲਈ ਬਹੁਤ ਵੱਡੇ ਮਾਣ ਦੀ ਗੱਲ ਆ, ਉਹਨਾਂ ਲਈ ਤਾਂ ਹੈ ਹੀ, ਸਾਡੇ ਲਈ ਬਹੁਤ ਵੱਡੇ ਮਾਣ ਦੀ ਗੱਲ ਆ। ਅਤੇ ਖਾਸ ਤੌਰ 'ਤੇ ਆਪਾਂ ਜ਼ਿਕਰ ਕਰਨਾ ਇੱਕ ਕਿਤਾਬ ਦਾ, ਜਿਸ ਦੇ ਵਿੱਚ 100 ਪੰਜਾਬੀਆਂ ਦਾ ਉਲੇਖ ਕੀਤਾ ਗਿਆ ਹੈ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਵੱਖ ਵੱਖ ਫੀਲਡਾਂ ਦੇ ਵਿੱਚ ਆਪਣਾ ਨਾਂ ਕਮਾਇਆ ਹੈ ਜੀ। ਅਤੇ ਖੁਸ਼ੀ ਦੀ ਗੱਲ ਇਹ ਆ ਜੀ, ਸਾਡੇ ਸਾਰਿਆਂ ਲਈ ਮਾਣ ਦੀ ਗੱਲ ਇਹ ਆ ਕਿ ਉਸ ਕਿਤਾਬ ਦਾ ਨਾਂ ਹੈ ਜਵੈਲਜ਼ ਆਫ ਪੰਜਾਬ, ਅਤੇ ਉਹਨਾਂ 100 ਸ਼ਖਸੀਅਤਾਂ ਦੇ ਵਿੱਚ ਇੱਕ ਸ਼ਖਸੀਅਤ ਪੰਮੀ ਬਾਈ ਸਰ ਦੀ ਵੀ ਸ਼ਾਮਿਲ ਹੈ। ਇਸ ਬੁੱਕ ਨੂੰ ਸਰਦਾਰ ਮਨਮੋਹਨ ਸਿੰਘ ਹੋਣਾ ਨੇ, ਜੋ ਕਿ ਸਾਡੇ ਸਾਬਕਾ ਪ੍ਰਧਾਨ ਮੰਤਰੀ ਨੇ, ਉਹਨਾਂ ਨੇ ਰਿਲੀਜ਼ ਕੀਤਾ ਸੀ ਅਤੇ ਬੜੇ ਖਾਸ ਮੌਕੇ 'ਤੇ ਰਿਲੀਜ਼ ਕੀਤਾ ਸੀ, 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 350ਵੇਂ ਪ੍ਰਕਾਸ਼ ਪੁਰਬ 'ਤੇ ਇਸ ਬੁੱਕ ਨੂੰ ਰਿਲੀਜ਼ ਕੀਤਾ ਗਿਆ। ਸੋ ਬਹੁਤ ਸਾਰੀਆਂ ਗੱਲਾਂ ਕਰਨੀਆਂ ਨੇ ਬੁੱਕ ਨਾਲ ਜੁੜੀਆਂ ਵੀ ਅਤੇ ਉਹਨਾਂ ਦੀ ਜ਼ਿੰਦਗੀ ਬਾਰੇ ਜੁੜੀਆਂ ਵੀ। ਆਓ, ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ, ਗੁਰੂ ਨਾਨਕ ਜੀ, ਵੈਲਕਮ। ਅਤੇ ਤੁਹਾਡਾ ਟੈਲੀਵਿਜ਼ਨ, ਜਿਸ ਨੂੰ ਪੂਰੇ ਆਸਟ੍ਰੇਲੀਆ ਦੇ ਵਿੱਚ ਲੋਕ ਮਾਣਦੇ ਨੇ ਅਤੇ ਇੰਟਰਨੈਟ ਦੇ ਜ਼ਰੀਏ ਪੂਰੀ ਦੁਨੀਆ 'ਚ ਮਾਣਦੇ ਨੇ, ਸੋ ਸਾਰੇ ਅੱਜ ਦੀ ਇਸ ਗੁਫ਼ਤਗੂ ਨੂੰ ਦੇਖਣ ਵਾਲੇ ਮੇਰੇ ਸਤਿਕਾਰਯੋਗ, ਪਿਆਰ ਭਰੇ ਸਾਰੇ ਹੀ ਪੰਜਾਬੀ ਸਰੋਤੇ ਹੋ, ਪੰਮੀ ਬਾਈ ਵੱਲੋਂ ਤੁਹਾਨੂੰ ਸਾਰਿਆਂ ਨੂੰ ਮੋਹ ਭਰੀ ਸਤਿ ਸ਼੍ਰੀ ਅਕਾਲ, ਤੁਹਾਨੂੰ ਅਦਾਬ, ਤੁਹਾਨੂੰ ਨਮਸਕਾਰ। ਕਿਆ ਬਾਤ ਹੈ ਜੀ। ਇੱਕ ਖਾਸ ਗੱਲ ਮੈਂ ਸ਼ੁਰੂ 'ਚ ਕਹੀ ਸੀ ਕਿ ਸਰ ਤੁਰਦਾ ਫਿਰਦਾ ਪੰਜਾਬ ਨੇ, ਅਤੇ ਜਿਹੜਾ ਇਹਨਾਂ ਨੇ ਮਫਲਰ ਪਹਿਨਿਆ ਹੋਇਆ ਅਤੇ ਉਹਦੀ ਇਗਜ਼ਾਮਪਲ ਹੈ ਜੀ ਕਿ ਪੰਜਾਬੀ ਮਾਂ ਬੋਲੀ ਦੇ ਨਾਲ ਸਜਿਆ ਹੋਇਆ ਮਫਲਰ, ਜੋ ਕਿ ਸਾਡੇ ਪੰਜਾਬੀਆਂ ਦੀ ਜ਼ੁਬਾਨ ਤੋਂ ਪੰਜਾਬੀ ਗਾਇਬ ਹੁੰਦੀ ਜਾ ਰਹੀ ਹੈ, ਬਟ ਇਹਨਾਂ ਨੇ ਅੱਜ ਵੀ ਸੀਨੇ ਨਾਲ ਲਾ ਕੇ ਰੱਖੀ ਹੈ। ਸਭ ਤੋਂ ਪਹਿਲਾਂ ਇਹਦੇ ਲਈ ਤੁਹਾਡੀ ਤਾਰੀਫ ਬਣਦੀ ਹੈ ਜੀ। ਥੈਂਕ ਯੂ ਗੁਰਨਾ, ਕਿਉਂਕਿ ਮੈਂ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਲਈ ਕੰਮ ਕਰਦਾ ਜੀ। ਪੂਰੀ ਦੁਨੀਆ 'ਚ ਜਿੱਥੇ ਜਾਂਦਾ ਹੋਕਾ ਹੀ ਮੈਂ ਇਸੇ ਗੱਲ ਦਾ ਦਿੰਦਾ ਜੀ, ਅਤੇ ਮੈਨੂੰ ਜੇ ਉਹਦਾ ਮੁਆਵਜ਼ਾ ਵੀ ਇਸੇ ਗੱਲ ਦਾ ਹੀ ਮਿਲਦਾ। ਦੇਖੋ, ਮੈਂ ਉਸ ਤਰ੍ਹਾਂ ਦਾ ਕਲਾਕਾਰ ਨਹੀਂ ਜੀ ਮੈਂ ਸੇਵਾ ਕਰਦਾ, ਨਹੀਂ, ਮੈਂ ਕੰਮ ਕਰ ਰਿਹਾ ਨਿਰੰਤਰ ਉਹਦੇ ਪ੍ਰਚਾਰ ਪ੍ਰਸਾਰ ਲਈ, ਅਤੇ ਉਸਦੇ ਪ੍ਰਚਾਰ ਪ੍ਰਸਾਰ ਦਾ ਮੁਆਵਜ਼ਾ ਮੈਨੂੰ ਮੇਰੇ ਪ੍ਰੋਗਰਾਮਾਂ ਦੇ ਜ਼ਰੀਏ, ਲੋਕਾਂ ਦੇ ਪਿਆਰ ਦੇ ਜ਼ਰੀਏ, ਉਹਨਾਂ ਦੇ ਖਲੂਸ ਦੇ ਜ਼ਰੀਏ ਉਹ ਮੇਰੀ ਝੋਲੀ ਪੈਂਦਾ, ਅਤੇ ਇਹ ਝੋਲੀ ਵੀ ਜਿਹੜੀ ਹੈਗੀ, ਮੈਂ ਊੜਾ ਆੜਾ ਏੜੀ ਸਸਾ ਹਾ ਕੱਕਾ ਕੱਕਾ ਗੱਗਾ, ਜੇ ਮੇਰੇ ਦੋਸਤ ਨੇ 1469 1469 ਜੀ, ਉਹਨਾਂ ਨੇ ਟ੍ਰੇਡਮਾਰਕ ਬਣਾਇਆ ਹੋਇਆ ਹਰਿੰਦਰ ਸਿੰਘ, ਇਹ ਉਹਨਾਂ ਨੂੰ ਕਹਿ ਕੇ ਮੈਂ ਸਪੈਸ਼ਲੀ ਬਣਾਇਆ ਕਿ ਮੈਨੂੰ ਇਸ ਤਰ੍ਹਾਂ ਦਾ ਸਕਾਰਫ ਬਣਾ ਕੇ ਦਿਓ ਜਿਹਨੂੰ ਮੈਂ ਪਹਿਣ ਕੇ ਲੋਕਾਂ 'ਚ ਜਾ ਸਕਾਂ। ਕਿਆ ਬਾਤ ਹੈ ਜੀ। ਅੱਛਾ, ਮੈਂ ਸਭ ਤੋਂ ਪਹਿਲਾਂ ਸ਼ੁਰੂਆਤ ਕਰੂੰਗਾ ਇਸ ਕਿਤਾਬ ਦੀ, ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਜੀ ਜਵੈਲਜ਼ ਆਫ ਪੰਜਾਬ, ਅਤੇ ਇਸ ਕਿਤਾਬ ਦੇ ਵਿੱਚ ਜਿਹੜੀਆਂ 100 ਸ਼ਖਸੀਅਤਾਂ ਸ਼ਾਮਿਲ ਨੇ, ਸਾਰ ਉਹਨਾਂ 'ਚੋਂ ਇੱਕ ਨੇ, ਅਤੇ ਜਿਸ ਨੂੰ ਇਹ ਕਿਤਾਬ ਦਿੱਤੀ ਗਈ ਫਿਰ ਉਸੇ ਸ਼ਖਸੀਅਤ ਦੀ ਜਿਹੜੀ ਫੋਟੋ ਹੈ ਫਰੰਟ ਪੇਜ 'ਤੇ ਲਾਈ ਗਈ, ਅਤੇ ਮਤਲਬ ਜੋ ਕਿਤਾਬ ਸਰ ਦੇ ਹਿੱਸੇ ਆਈ ਅਤੇ ਇਸ ਕਿਤਾਬ 'ਤੇ ਸਰ ਹੋਣਾ ਦੀ ਫੋਟੋ ਲੱਗੀ ਹੋਈ ਆ, ਅਤੇ ਇਸ ਕਿਤਾਬ ਦੇ ਬਾਰੇ ਤੁਹਾਨੂੰ ਕਦੋਂ ਪਤਾ ਲੱਗਿਆ ਕਿ ਐਡਾ ਵੱਡਾ ਮਾਣ ਸਨਮਾਨ ਮਿਲ ਰਿਹਾ, 100 ਪੰਜਾਬੀਆਂ 'ਚੋਂ ਇੱਕ ਪੰਮੀ ਬਾਈ ਨੂੰ ਚੁਣਿਆ ਗਿਆ ਹੈ, ਕਿਵੇਂ ਤੁਹਾਨੂੰ ਪਤਾ ਲੱਗਿਆ ਅਤੇ ਕਦੋਂ ਖਬਰ ਤੁਹਾਡੇ ਤੱਕ ਪਹੁੰਚੀ ਕਿ ਇਹ ਮਾਣ ਤੁਹਾਨੂੰ ਮਿਲ ਗਿਆ? ਇਹ ਮਾਣ ਤੋਂ ਪਹਿਲਾਂ ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਜੀ। ਉਹਨਾਂ ਨੇ ਇਕੱਲੇ ਇਕੱਲੇ ਬੰਦੇ ਦੇ ਘਰੇ ਜਾ ਕੇ ਜੀ ਸ਼ਨਾਖਤ ਕੀਤੀ, ਉਹਨਾਂ ਦੇ ਨਾਲ ਗੁਫ਼ਤਗੂ ਕੀਤੀ, ਬਾਕਾਇਦਾ ਇੰਟਰਵਿਊ ਕੀਤੀ ਜੀ, ਉਹਨਾਂ ਦੇ ਬਾਇਓਡਾਟੇ ਜਿਨ੍ਹਾਂ ਦੇ ਉਪਲਬਧ ਸਨ ਇੰਟਰਨੈਟ ਦੇ ਉੱਤੇ ਪਏ, ਵਿਕੀਪੀਡੀ ਦੇ ਉੱਤੇ ਪਏ, ਪਹਿਲਾਂ ਉਹਨਾਂ ਨੇ ਉਹ ਪੜ੍ਹੇ, ਫਿਰ ਕਈ ਵਾਰ ਰੈਫਰੈਂਸਿਸ ਦੇ ਨਾਲ ਬੰਦਾ ਆਉਂਦਾ ਹੈਗਾ, ਸੋ ਉਹ ਮੇਰੇ ਕੋਲ ਇੱਥੇ ਆਏ, ਮੇਰੇ ਨਾਲ ਉਹਨਾਂ ਨੇ ਡਿਸਕਸ਼ਨ ਕੀਤੀ, ਪਰ ਉਦੋਂ ਮੈਨੂੰ ਇਹ ਦੱਸਿਆ ਨਹੀਂ ਗਿਆ ਕਿ ਵੀ ਤੁਸੀਂ ਵਿੱਚ ਸ਼ਾਮਿਲ ਹੋਵੋਗੇ, ਉਹ ਸਿਰਫ ਉਹ ਕਹਿੰਦੇ ਅਸੀਂ ਸਰਵੇ ਕਰ ਰਹੇ ਹਾਂ ਜੀ। ਅਤੇ ਉਹਨਾਂ ਨੇ ਸਰਵੇ ਕੀਤਾ ਪੰਜਾਬ ਦੀਆਂ ਵੱਖ ਵੱਖ ਰਿਨਾਉਂਡ ਸ਼ਖਸੀਅਤਾਂ, ਨੋਟ ਪੰਜਾਬ ਦੇ ਵਿੱਚੋਂ ਬਲਕਿ ਦਿੱਲੀ ਦੇ ਵਿੱਚ ਵੱਸਦੇ ਪੰਜਾਬੀ ਵੀ ਅਤੇ ਵਿਦੇਸ਼ਾਂ 'ਚ ਵੱਸਦੇ ਪੰਜਾਬੀ ਵੀ, ਉਹਨਾਂ ਨੇ ਕਿਸ ਤਰ੍ਹਾਂ ਉਹਨਾਂ ਦੀ ਕੰਪਾਈਲੇਸ਼ਨ ਕੀਤੀ, ਉਹ ਬਾਕਮਾਲ ਕੰਮ ਜੀ, ਬਾਕਮਾਲ ਕੰਮ, ਇਹਨਾਂ ਦਾ ਹੈੱਡ ਆਫਿਸ ਜਿਹੜਾ ਹੈਗਾ ਉਹ ਨਿਊਯਾਰਕ ਦੇ ਵਿੱਚ ਹੈਗਾ, ਅਤੇ ਇੱਕ ਹੈੱਡ ਇੱਕ ਆਫਿਸ ਇਹਨਾਂ ਦਾ ਜਿਹੜਾ ਹੈਗਾ ਉਹ ਰਾਜਸਥਾਨ ਦੇ ਵਿੱਚ ਜੈਪੁਰ ਦੇ ਵਿੱਚ ਹੈਗਾ ਜੀ। ਸੋ ਇਹਨਾਂ ਨੇ ਬੜੀਆਂ ਐਫਰਟਸ ਕਰਕੇ 100 ਪੰਜਾਬੀਆਂ ਦੀ ਸ਼ਨਾਖਤ ਕੀਤੀ, ਅਤੇ ਜਦੋਂ ਫਿਰ ਇਹਨਾਂ ਨੇ ਮੈਨੂੰ ਲਾਸਟ ਮਤਲਬ ਕਿ ਕਾਲ ਕੀਤੀ ਕਿ ਅਸੀਂ ਤੁਹਾਨੂੰ ਸ਼ਾਮਿਲ ਕਰ ਲਿਆ, ਕਿਆ ਬਾਤ ਹੈ, ਅਤੇ ਤੁਸੀਂ ਆਪਦੀਆਂ ਜਿਹੜੀਆਂ ਇਸ ਤਰ੍ਹਾਂ ਦੀਆਂ ਆਹ ਸਾਡੀ ਰਿਕੁਆਇਰਮੈਂਟ ਆ, ਸਾਨੂੰ ਫੋਟੋਆਂ ਭੇਜੋ, ਸੋ ਉਹ ਫੋਟੋਆਂ ਇਹਨਾਂ ਨੂੰ ਭੇਜੀਆਂ, ਉਹਨਾਂ ਨੂੰ ਜਿਹੜੀਆਂ ਅੱਛੀਆਂ ਲੱਗੀਆਂ
ਉਹ ਉਹਨਾਂ ਨੇ ਕਿਤਾਬ ਦੇ ਵਿੱਚ ਹਰ ਬੰਦੇ ਨੂੰ 4 ਪੇਜ ਦਿੱਤੇ ਇਸ ਕਿਤਾਬ ਦੇ ਵਿੱਚ, ਅਤੇ ਹਰ ਬੰਦੇ ਦੀਆਂ ਉਹਦੇ ਵਿੱਚ ਖੂਬਸੂਰਤ ਯਾਦਾਂ ਜਿਹੜੀਆਂ ਜ਼ਿੰਦਗੀ ਦੀਆਂ ਜਾਂ ਜੋ ਅਚੀਵਮੈਂਟਸ ਕਹਿ ਲਓ ਉਹ ਹਰ ਬੰਦੇ ਦੀਆਂ ਉਹਨਾਂ ਨੇ ਲਾਈਆਂ, ਅਤੇ 100 ਦੇ 100 ਬੰਦੇ ਦਾ ਟਾਈਟਲ ਉਹਨਾਂ ਨੇ ਇਕੱਲੇ ਇਕੱਲੇ ਦਾ ਬਣਾ ਕੇ ਉੱਥੇ ਫੋਟੋ ਲਾ ਕੇ, ਉੱਥੇ ਜਦੋਂ ਅਸ਼ੋਕਾ ਹਾਲ ਦੇ ਵਿੱਚ ਅਸ਼ੋਕਾ ਹੋਟਲ 'ਚ ਇਹ ਸਮਾਗਮ ਹੋਇਆ ਤਾਂ ਇਕੱਲੇ ਇਕੱਲੇ ਨੂੰ ਬੁੱਕ ਦਿੱਤੀ ਗਈ। ਅਤੇ ਮੈਨੂੰ ਬੜੀ ਮਾਣ ਦੀ ਗੱਲ ਹੈ ਕਿ ਡਾਕਟਰ ਮਨਮੋਹਨ ਸਿੰਘ ਹੋਣਾ ਦੇ ਹੱਥੋਂ ਮੈਨੂੰ ਇਹ ਮਾਣ ਪ੍ਰਾਪਤ ਹੋਇਆ। ਕੀ ਬਾਤ! ਅਤੇ ਉਹ 100 ਪੰਜਾਬੀਆਂ 'ਚ ਆਉਣਾ ਵੀ ਮੇਰੇ ਲਈ ਇੱਕ ਫਖਰ ਦੀ ਗੱਲ। ਬਿਲਕੁਲ, ਅਤੇ ਬੁੱਕ ਦਾ ਸਾਈਜ਼ ਦੱਸਦਾ ਜੀ ਕਿ ਬੁੱਕ ਦੇ ਵਿੱਚ ਕਿੱਡੀਆਂ ਭਾਰੀ ਸ਼ਖਸੀਅਤਾਂ ਸ਼ਾਮਿਲ ਨੇ, ਅਤੇ ਇੱਕ ਭਾਰੀ ਸ਼ਖਸੀਅਤ ਮੇਰੇ ਨਾਲ ਬੈਠੀ ਹੈ, ਅਤੇ ਬੁੱਕ ਵਾਕਈ ਬਹੁਤ ਭਾਰੀ ਹੈ। ਜਦੋਂ ਪੜ੍ਹੋਗੇ ਤਾਂ ਬਹੁਤ ਭਾਰੀ ਭਾਰੀ ਚੀਜ਼ਾਂ ਸਿੱਖਣ ਨੂੰ ਤੁਹਾਨੂੰ ਮਿਲਣੀਆਂ ਨੇ। ਅੱਛਾ ਪੰਮੀ ਸਰ, ਇੱਕ ਸਵਾਲ, ਤੁਹਾਡੀ ਕਲਚਰਲ ਸ਼ਖਸੀਅਤ ਤੋਂ ਹਰ ਬੰਦਾ ਵਾਕਿਫ ਹੈ, ਪਰ ਮੈਂ ਜਦੋਂ ਤੁਹਾਡੇ ਬਾਰੇ ਪੜ੍ਹ ਰਿਹਾ ਸੀ ਤਾਂ ਮੈਂ ਇੱਕ ਸ਼ਬਦ ਜੁੜਿਆ, ਐਡਵੋਕੇਟ ਤੁਹਾਡੇ ਨਾਲ। ਹਾਂਜੀ, ਅਤੇ ਇਹ ਇੱਕ ਜਿਹੜੇ ਐਡਵੋਕੇਟ ਮੈਂ ਜਿੰਨੇ ਮਿਲਿਆ ਬੜੇ ਸੀਰੀਅਸ ਜਿਹੇ ਹੁੰਦੇ ਨੇ, ਬੜਾ ਹੀ ਮਤਲਬ ਕਿਤਾਬਾਂ 'ਚ ਬੜੇ ਰਹਿੰਦੇ ਨੇ, ਅਤੇ ਫਿਰ ਇੱਕ ਐਡਵੋਕੇਟ ਇੰਨੀ ਸ਼ਾਨਦਾਰ ਅਤੇ ਹਸਮੁਖ ਸ਼ਖਸੀਅਤ ਅਤੇ ਭੰਗੜੇ ਵਾਲੀ ਸ਼ਖਸੀਅਤ ਕਿਵੇਂ ਬਣ ਗਿਆ? ਦੇਖੋ, ਇੱਕ ਗੱਲ ਮੈਂ ਬੜੀ ਸਪਸ਼ਟ ਜੀ ਦੱਸਣਾ ਚਾਹੁੰਦਾ ਜੀ। ਇਹ ਜਿਹੜਾ ਮੇਰਾ ਸ਼ੌਕ ਸੀ ਬਚਪਨ ਦਾ ਜੀ, ਗਾਉਣਾ ਨੱਚਣਾ ਅਤੇ ਕਲਾ ਦੇ ਖੇਤਰ ਦੇ ਵਿੱਚ ਕੰਮ ਕਰਨਾ ਜੀ, ਡਰਾਮੇ ਕਰਨੇ, ਉਹ ਸਕੂਲ ਤੋਂ ਸ਼ੁਰੂ ਹੋ ਗਿਆ। ਉਹ ਸਕੂਲ ਤੋਂ ਸ਼ੁਰੂ ਹੋਇਆ ਅਤੇ ਉਹ ਕਾਂ ਕਾਲਜ ਵੀ ਆ ਗਿਆ ਜੀ। ਅਤੇ ਮੈਂ ਬੜਾ ਪ੍ਰਭਾਵਿਤ ਸੀ ਜਦੋਂ ਮੈਂ ਆਪਦੇ ਪਿੰਡ ਦੇ ਸਕੂਲ 'ਚ ਗਾਉਂਦਾ ਸੀ, ਸਿਰਫ ਉੱਥੇ ਮੈਂ ਗਾਉਂਦਾ ਸੀ। ਅਤੇ ਜਦੋਂ ਮੈਂ 4th ਕਲਾਸ 'ਚ ਸਨਾਮ ਸਕੂਲ ਦੇ ਵਿੱਚ ਆਇਆ ਜੀ, ਕਿਉਂਕਿ ਮੈਂ ਇਹ ਵੀ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਮੇਰਾ ਪਿੰਡ 'ਚ ਖੇਪਲ ਹੈ, ਤਹਿਸੀਲ ਸਨਾਮ ਹੈ ਅਤੇ ਜ਼ਿਲ੍ਹਾ ਸੰਗਰੂਰ ਹੈ, ਪਰ ਆਬਾਦੇ ਖਾਸ ਅੱਜ ਕੱਲ੍ਹ ਪਟਿਆਲੇ 'ਚ ਆ। ਬਿਲਕੁਲ, ਸੋ ਉਹਦੇ ਬਾਰੇ ਵਿੱਚ ਵੀ ਕਿਸੇ ਨੂੰ ਇਹਨਾਂ ਭੁਲੇਖਾ ਨਾ ਰਹੇ। ਅਤੇ ਉਹ ਜਦੋਂ ਮੈਂ ਉੱਥੋਂ ਸਨਾਮ ਸਕੂਲ ਦੇ ਵਿੱਚ ਆਇਆ, ਮੇਰੇ ਫਾਦਰ ਉਦੋਂ ਆਨਰੇਰੀ ਸਬ ਰਜਿਸਟਰਾਰ ਬਣੇ ਕੋਰਟ ਦੇ ਵਿੱਚ ਤਹਿਸੀਲਦਾਰ, ਅਤੇ ਮੈਂ ਜਦੋਂ ਉੱਥੇ ਆ ਕੇ ਪਹਿਲੀ ਵਾਰ ਭੰਗੜਾ ਵੇਖਿਆ, ਮੈਂ ਤਾਂ ਮਲਵਈ ਗਿੱਧਾ ਦੇਖਿਆ ਜੀ ਆਪਦੇ ਪਿੰਡ 'ਚ ਪੈਂਦਾ, ਮੇਰੇ ਚਾਚੇ ਮੇਰੇ ਤਾਏ ਮੇਰੇ ਬਾਬੇ ਬੋਲੀਆਂ ਪਾਉਂਦੇ, ਬੁਗਧੂ ਵੱਜਦੇ, ਚਿਮਟੇ ਵੱਜਦੇ, ਸੱਪ ਵੱਜਦੇ, ਢੋਲਕੀਆਂ ਵੱਜਦੀਆਂ, ਉਹ ਕਿਸਮ ਦੇਖੇ ਸੀ। ਪਰ ਮੈਂ ਢੋਲ ਦੇ ਉੱਤੇ ਨੱਚਦੇ ਬੰਦੇ ਪਹਿਲੀ ਵਾਰ ਦੇਖੇ ਸੀ। ਓਕੇ, ਅਤੇ ਉਹ ਵੀ ਉਹ ਬੰਦੇ ਜਿਹੜੇ ਮੇਰੇ ਲਈ ਆਈਕਨ ਬਣੇ, ਜਿਹੜੇ ਮੇਰੇ ਉਸਤਾਦ ਲੋਕ ਬਣੇ। ਸਵਰਗੀਆ ਮੇਰੇ ਉਸਤਾਦ ਭਾਨਾ ਰਾਮ ਜੀ, ਉਹ ਢੋਲ ਵਜਾ ਰਹੇ ਸੀ। ਸਵਰਗੀਆ ਮੇਰੇ ਵੱਡੇ ਭਰਾ, ਮੇਰੇ ਆਈਕਨ ਭੰਗੜੇ ਦੇ ਮਾਰਗ ਦਰਸ਼ਨ ਜੀ, ਸਵਰਗੀਆ ਮਨੋਹਰ ਦੀਪਕ ਜੀ, ਉਹ ਨੱਚ ਰਹੇ ਸੀ। ਕੋਈ ਟੀਮ ਬੰਬੇ ਲੈ ਕੇ ਜਾਣੀ ਸੀ ਉਹਨਾਂ ਨੇ ਉਸ ਟਾਈਮ ਦੇ ਉੱਤੇ ਵਿਸਾਖੀ ਦੇ ਉੱਤੇ, ਤਾਂ ਰਿਹਰਸਲ ਕਰ ਰਹੇ ਸੀ। ਉਹ ਮੇਰੇ ਮਨ 'ਚ ਆਇਆ ਵੀ ਇਹ ਜ਼ਰੂਰ ਸਿੱਖਣਾ। ਕਿਆ ਬਾਤ ਹੈ! ਅਤੇ ਉੱਥੋਂ ਮੈਨੂੰ ਆਪਦੇ ਲੋਕ ਨਾਚਾਂ ਦੀ ਜਿਹੜੀ ਸਿੱਖਣ ਦੀ ਲਸਟ ਪੈਦਾ ਹੋ ਗਈ, ਅਤੇ ਉਹ ਸਿੱਖਦਾ ਗਿਆ। ਸਕੂਲ 'ਚੋਂ ਨਿਕਲਿਆ, ਡਰਾਮੇ ਕਰਦਾ, ਸਿੱਖਦਾ, ਗਾਉਂਦਾ, ਕਾਲਜ 'ਚ ਪਹੁੰਚ ਗਿਆ ਜੀ। ਕਾਲਜ ਦੇ ਵਿੱਚ ਵੀ ਇਹੀ ਸ਼ੌਕ ਬਰਕਰਾਰ ਰਿਹਾ। ਉਸ ਤੋਂ ਮਗਰੋਂ ਯੂਨੀਵਰਸਿਟੀ ਆ ਗਿਆ, ਯੂਨੀਵਰਸਿਟੀ ਪੜ੍ਹਨ ਆ ਗਿਆ। ਪਹਿਲਾਂ ਇੱਕ ਡਿਪਲੋਮਾ ਕੀਤਾ ਪਬਲਿਕ ਰਿਲੇਸ਼ਨ ਦਾ ਜੀ, ਫਿਰ ਲਾਅ 'ਚ ਐਡਮਿਸ਼ਨ ਲੈ ਲਈ। ਕਿਉਂਕਿ ਇਹ ਵੀ ਦੱਸਣਾ ਮੇਰਾ ਮੁਨਾਸਬ ਮੈਂ ਸਮਝਦਾ ਕਿ ਮੇਰੀ ਜਿਹੜੀ ਬੈਕਗਰਾਊਂਡ ਹੈਗੀ ਹੈ ਜੀ, ਟੋਟਲ ਫੈਮਿਲੀ ਬੈਕਗਰਾਊਂਡ ਸੀ, ਉਹ ਮੇਰੇ ਦਾਦਾ ਜੀ ਸਵਰਗੀਆ ਸਰਦਾਰ ਬਹਾਦਰ ਸੂਬੇਦਾਰ ਮੇਜਰ ਕਿਸ਼ਨ ਸਿੰਘ ਜੀ, ਉਹ ਬਰਮਾ ਦੇ ਵਿੱਚ ਸੀ। ਮੇਰੇ ਦੋਨੇ ਤਾਏ ਉਹ ਫੌਜ ਦੇ ਵਿੱਚ ਸੀ ਜੀ। ਮੇਰੇ ਫਾਦਰ ਫਰੀਡਮ ਫਾਈਟਰ ਬਣੇ। ਕਿਆ ਬਾਤ ਹੈ! ਬਿਲਕੁਲ, ਅਤੇ ਮੈਂ ਉਹਨਾਂ ਦਾ ਬੱਚਾ, ਉਹਨਾਂ ਦਾ ਸਾਹਿਬਜ਼ਾਦਾ ਸਰਦਾਰ ਪ੍ਰਤਾਪ ਸਿੰਘ ਬਾਗੀ ਦਾ ਜੀ, ਮੇਰੀ ਸਵਰਗੀਆ ਮਾਂ ਸਰਦਾਰਨੀ ਸਤਵੰਤ ਕੌਰ, ਦੋਨੋਂ ਅੱਜ ਚਾਹੇ ਉਹ ਮੇਰੇ ਨਾਲ ਨਹੀਂ ਜੀ, ਪਰ ਜੋ ਕੁਛ ਵੀ ਹਾਂ ਮੈਂ ਉਹਨਾਂ ਦੀ ਬਦੌਲਤ ਹਾਂ। ਅਤੇ ਦੋ ਭੈਣਾਂ ਦਾ ਇੱਕ ਛੋਟਾ ਸ਼ਰਾਰਤੀ ਇਕਲੌਤਾ ਭਰਾ, ਅਤੇ ਉਹ ਮੇਰੇ ਜੀਨਸ ਦੇ ਵਿੱਚ ਸੀ ਕਿ ਮੇਰੇ ਫਾਦਰ ਸੁਤੰਤਰਤਾ ਸੰਗਰਾਮੀ ਰਹੇ, ਉਸ ਤੋਂ ਮਗਰੋਂ ਪੋਲੀਟਿਕਸ ਦੇ ਵਿੱਚ ਆਏ ਜੀ। ਦੋ ਇਲੈਕਸ਼ਨਾਂ ਮੇਰੇ ਫਾਦਰ ਨੇ ਲੜੀਆਂ, ਇੱਕ ਮੇਰੇ ਬਰਥ ਤੋਂ ਪਹਿਲਾਂ ਜੀ 1954 'ਚ MLA ਦੀ ਸਲਾਮ ਤੋਂ, ਦੂਜੀ 67 ਦੇ ਵਿੱਚ ਮੈਂਬਰ ਪਾਰਲੀਮੈਂਟ ਦੀ। ਤਾਂ ਲਾਹ ਮੈਂ ਸਿਰਫ ਇਸ ਕਰਕੇ ਕੀਤੀ ਸੀ ਕਿ ਮੈਂ ਵੀ ਹੀ ਸਿਆਸਤ ਕਰੂੰਗਾ। ਕਿਆ ਬਾਤ ਹੈ! ਪਰ ਉਹ ਮਨਜ਼ੂਰ ਨਹੀਂ ਸੀ ਜੀ। ਮਤਲਬ ਕਿ ਜਦੋਂ ਮੈਂ ਲਾਅ ਦੀ ਪ੍ਰੈਕਟਿਸ ਸ਼ੁਰੂ ਕੀਤੀ ਤਾਂ ਮੈਂ ਸੋਚਿਆ ਕਿ ਵੀ ਹੁਣ ਜੇ ਮੈਂ ਉੱਥੇ ਰਹਾਂਗਾ ਤੇ ਮੈਨੂੰ ਨਾਲ ਨਾਲ ਸਿਆਸਤ ਦੇ ਵਿੱਚ ਵੀ ਹੱਥ ਪੈਰ ਮਾਰਨਾ ਪੈਣਾ, ਤੇ ਉਹ ਮੈਂ ਮਾਰਿਆ ਵੀ ਥੋੜਾ ਮੋਟਾ ਜੀ। ਤੇ ਪਰ ਮੇਰਾ ਜਿਹੜਾ ਸ਼ੌਕ ਸੀ ਆ ਨੱਚਣ ਗਾਉਣ ਦਾ, ਉਹਨੇ ਮੈਨੂੰ ਟਿਕਣ ਨਾ ਦਿੱਤਾ।
ਤੇ ਘਰਦਿਆਂ ਨੇ ਕਿਸੇ ਨੇ ਰੋਕਿਆ ਨਹੀਂ ਕਿ ਤੁਸੀਂ ਅਲੱਗ ਹੀ ਫੀਲਡ ਇੱਕ ਚੁਣ ਲਿਆ ਸੀ, ਕੋਈ ਦਿੱਕਤ ਪਰੇਸ਼ਾਨੀ ਆਈ ਕਿ ਤੂੰ ਇਹ ਕੀ ਕਰਨ ਲੱਗਿਆ? ਨਹੀਂ ਨਹੀਂ, ਉਹ ਤੁਹਾਨੂੰ ਦੱਸਦਾ, ਉਹ ਤਾਂ ਹਾਲੇ ਗਾਹਾਂ ਲੰਬੀ ਕਹਾਣੀ ਹੈ। ਉਹ ਕਹਾਣੀ ਤਾਂ ਬੜੀ ਲੰਬੀ ਹੈ ਜੀ। ਜਦੋਂ ਮੈਂ ਆਪਦੀ ਪ੍ਰੈਕਟਿਸ ਕਰਦਾ ਸੀ ਡਿਊਰਿੰਗ ਪ੍ਰੈਕਟਿਸ ਏਸ਼ੀਅਨ 82 ਜੀ, ਕਹਿੰਦੇ ਨੇ ਗੇਮਾਂ ਆ ਗਈਆਂ, ਹਾਂਜੀ, ਉੱਥੇ ਮੈਂ ਕੋਚ ਬਣ ਕੇ ਚਲਾ ਗਿਆ ਭੰਗੜੇ ਦਾ ਜੀ। ਸਭ ਤੋਂ ਛੋਟੀ ਉਮਰ ਦਾ ਕੋਚ ਉਸ ਟਾਈਮ ਦੇ ਉੱਤੇ ਮੈਂ ਸੀ। ਕਿਆ ਬਾਤ ਹੈ ਜੀ। ਤੇ 2 ਮਹੀਨੇ ਉੱਥੇ ਲੱਗ ਗਏ ਜੀ, ਇੱਧਰ ਫਿਰ ਪ੍ਰੈਕਟਿਸ ਚੌਪਟ ਤੇ ਮੁੜ ਕੇ ਫਿਰ ਇਸੇ ਤਰ੍ਹਾਂ ਕਲਚਰਲ ਐਕਟੀਵਿਟੀਜ਼ ਜਿਹੜੀਆਂ ਹੈਗੀਆਂ ਸੀ ਉਹ ਚੱਲਦੀਆਂ ਰਹਿੰਦੀਆਂ ਸੀ ਜੀ। ਪਰ ਸੇਮ ਟਾਈਮ ਤੇ ਮੇਰੇ ਫਾਦਰ ਨੇ ਮੈਨੂੰ ਇਹ ਸਮਝਾਇਆ ਕਿ ਕਾਕਾ ਅੱਜ ਦੀ ਪੋਲੀਟਿਕਸ ਤੇ ਸਾਡੀ ਪੋਲੀਟਿਕਸ 'ਚ ਜ਼ਮੀਨ ਸਮਾਨ ਦਾ ਫਰਕ ਹੈ। ਹੁਣ ਪੋਲੀਟਿਕਸ ਮਹਿਜ ਪੈਸੇ ਦੀ ਹੈ, ਤੂੰ ਯੂ ਸ਼ੁੱਡ ਗੋ ਫੋਰ ਟੂ ਅਰਨ ਦਾ ਮਨੀ ਜੀ, ਚਾਹੇ ਪ੍ਰੈਕਟਿਸ 'ਚ ਕਮਾ ਚਾਹੇ ਕੋਈ ਨੌਕਰੀ ਕਰ। ਪਹਿਲਾ ਕੰਮ ਇਹ ਹੈਗਾ ਕਿ ਜਦੋਂ ਤੇਰੇ ਕੋਲ ਐਨਫ ਮਨੀ ਹੋ ਗਈ ਫਿਰ ਇਹ ਸਵਾਦ ਦੇਖ ਲਈ ਜਿਹੜੀ ਮਰਜ਼ੀ ਪਾਰਟੀ ਦਾ, ਇੱਥੇ ਸਾਰੀਆਂ ਇੱਕੋ ਜਿਹੀਆਂ ਨੇ, ਉਹਨਾਂ ਦਾ ਐਕਸਪੀਰੀਅੰਸ ਸੀ, ਦੇ ਨੋ, ਉਹਨਾਂ ਨੂੰ ਇਸ ਗੱਲ ਦਾ ਪਤਾ ਸੀ। ਅਤੇ ਉਹ ਕੁਦਰਤੀ ਇੱਕ ਮੇਰੇ ਲਈ ਅਪਰਚੁਨਿਟੀ ਮਿਲੀ ਜੀ ਕਿ ਪੰਜਾਬ ਦੇ ਨਹੀਂ ਬਲਕਿ ਹਿੰਦੁਸਤਾਨ ਦੀ ਸਰਕਾਰ ਨੇ ਇੱਕ ਜੋਨਲ ਕਲਚਰਲ ਸੈਂਟਰ ਦੀ ਸੈਟਅਪਸ ਕੀਤੀ ਜੀ, ਮਿਨਿਸਟਰੀ ਆਫ ਕਲਚਰ ਨੇ। ਉਹਦੇ 'ਚ ਉਹਨਾਂ ਨੂੰ ਜਿਹੜੇ ਫੀਲਡ ਦੇ ਬੰਦੇ ਸੀ ਜੀ, ਜਿਹੜੇ ਕ੍ਰੀਏਟਿਵ ਬੰਦੇ ਸੀ, ਉਹਨਾਂ ਦੀ ਲੋੜ ਸੀ। ਉਸ ਕ੍ਰੀਏਟਿਵ 'ਚ ਮੈਂ ਵੀ ਅਪਲਾਈ ਕਰਤਾ ਅਤੇ ਮੈਂ ਬਤੌਰ ਪ੍ਰੋਟੈਕਸ਼ਨ ਮੈਨੇਜਰ ਜੀ ਜਿਹੜਾ ਹੈਗਾ ਜੋਨਲ ਕਲਚਰ ਸੈਂਟਰ ਦੇ ਵਿੱਚ ਭਰਤੀ ਹੋ ਗਿਆ। ਅਤੇ ਮੇਰੀ ਜਿਹੜੀ ਇੰਟਰੈਕਸ਼ਨ ਸੀ ਉਹ ਹੋਰ ਜ਼ਿਆਦਾ ਕਲਚਰ ਵਾਲੇ ਫੀਲਡ ਨੂੰ ਵੱਧ ਗਈ ਜੀ। ਪੋਲੀਟਿਕਸ ਦਾ ਮੈਂ ਪੱਲਾ ਛਡਾ ਲਿਆ ਜੀ। ਅਤੇ ਉੱਥੇ ਜਦੋਂ ਮੇਰੀ ਇੰਟਰੈਕਸ਼ਨਸ ਬਹੁਤ ਜ਼ਿਆਦਾ ਆਰਟਿਸਟਾਂ ਨਾਲ ਹੋਈ ਜੀ, ਸਵਰਗੀ ਭੈਣ ਨਰਿੰਦਰ ਬੀਬਾ ਨਾਲ, ਸਵਰਗੀ ਮਾਸਵਾਨ ਸੁਰਿੰਦਰ ਕੌਰ ਨਾਲ, ਸਵਰਗੀ ਜਗਮੋਹਨ ਕੌਰ ਨਾਲ, ਵੱਡੀ ਭੈਣ ਗੁਰਮੀਤ ਲਾਈਵ ਲੇਜੈਂਟ ਗੁਰਮੀਤ ਬਾਬਾ ਜੀ ਨਾਲ, ਕੁਲਦੀਪ ਮਾਨਖੋਣਾ ਨਾਲ, ਅਤੇ ਵੱਡੇ ਵੱਡੇ ਹੋਰ ਫਨਕਾਰਾਂ ਨਾਲ ਜੀ, ਬਹੁਤ ਵੱਡੇ ਵੱਡੇ ਫਨਕਾਰਾਂ ਨਾਲ, ਸਵਰਗੀ ਆਸਾ ਸਿੰਘ ਮਸਤਾਨਾ ਨਾਲ, ਸਵਰਗੀ ਲਾਲ ਚੰਦ ਜਮਲਾ ਜੱਟ ਜੀ ਨਾਲ ਜੀ, ਅਤੇ ਸ਼ਿੰਦੇ ਹੋਣਾ ਨਾਲ, ਅਤੇ ਪਲੱਸ ਖਿਆਮ ਸਾਹਿਬ ਸਵਰਗੀ ਆ ਜੀ, ਸਵਰਗੀ ਭਾਜੀ ਜਗਜੀਤ ਸਿੰਘ ਹੋਣਾ ਨਾਲ, ਇਹੋ ਜਿਹੇ ਵੱਡੇ ਬੰਦਿਆਂ ਨਾਲ ਜਦੋਂ ਮੈਂ ਬੈਠਿਆ ਤਾਂ ਮੇਰੇ ਅੰਦਰਲਾ ਕਲਾਕਾਰ ਮੁੜ ਦੁਬਾਰੇ ਜਾਗ ਗਿਆ ਜੀ। ਮੈਂ ਪਹਿਲਾਂ ਉਹਨਾਂ ਨਾਲ ਸ਼ੌਂਕੀਆ ਤੌਰ 'ਤੇ ਸਟੇਜ ਦੇ ਉੱਤੇ ਮਾੜਾ ਮੋਟਾ ਕੰਮ ਕਰਨ ਲੱਗ ਗਿਆ, ਅਤੇ ਫਿਰ ਅਲਟੀਮੇਟਲੀ ਕਹਿੰਦੇ ਨੇ ਇੱਕ ਉਹ ਵਕਤ ਆਇਆ ਜਦੋਂ ਮੈਨੂੰ ਉਹਨਾਂ ਦੇ ਨਾਲ ਰਿਕਾਰਡਿੰਗ ਕਰਨ ਦਾ ਵੀ ਮਾਣ ਪ੍ਰਾਪਤ ਹੋ ਗਿਆ। ਕੀ ਬਾਤ ਹੈ। ਅਤੇ ਮੈਂ ਭੈਣ ਜੀ ਨਰਿੰਦਰ ਬੀਬਾ ਦੀ ਉਂਗਲ ਫੜ ਕੇ ਜੀ ਪਹਿਲਾ ਗਾਣਾ ਉਹਨਾਂ ਨਾਲ ਰਿਕਾਰਡ ਕੀਤਾ, ਕੀ ਬਾਤ, ਮਾਂ ਸੁਰਿੰਦਰ ਕੌਰ ਨਾਲ ਰਿਕਾਰਡ ਕੀਤਾ, ਸਵਰਗੀ ਭਾਜੀ ਜਗਜੀਤ ਸਿੰਘ ਦੇ ਮਿਊਜ਼ਿਕ ਦੇ ਵਿੱਚ ਗਾਉਣ ਦਾ ਮਾਣ ਪ੍ਰਾਪਤ ਕੀਤਾ ਇੱਛਾ ਵੱਲ ਕੈਸਟ 'ਚ। ਫਿਰ ਮੈਂ ਡਿਸਾਈਡ ਕਰ ਲਿਆ ਕਿ ਆਹ ਜਿਹੜੀ ਕੁਰਸੀ, ਮੈਂ ਪ੍ਰੋਡਕਸ਼ਨ ਮੈਨੇਜਰ ਤੋਂ ਪ੍ਰੋਗਰਾਮ ਡਾਇਰੈਕਟਰ ਬਣ ਗਿਆ 5-6 ਸਾਲਾਂ 'ਚ, ਅਤੇ ਉੱਥੇ ਮੈਨੂੰ ਇਹ ਮਹਿਸੂਸ ਹੋਇਆ ਕਿ ਜਿਹੜੀਆਂ ਇਹ ਸਰੂਟ ਸਲਾਮੀਆਂ ਜਾਂ ਲੋਕ ਮੇਰੇ ਕੋਲ ਆਉਂਦੇ ਨੇ ਇਹ ਮੇਰੇ ਕੋਲ ਨਹੀਂ ਆਉਂਦੇ, ਮੇਰੀ ਕੁਰਸੀ ਕੋਲ ਆਉਂਦੇ ਨੇ। ਕਿਆ ਬਾਤ, ਬਿਲਕੁਲ। ਅਤੇ ਮੈਂ ਆਪਦੇ ਸ਼ੌਂਕ ਨੂੰ, ਆਪਦੇ ਕਲਾਕਾਰ ਨੂੰ ਇਸ ਕੁਰਸੀ 'ਤੇ ਬੈਠ ਕੇ ਮਾਰਾਂ ਨਾ। ਕਿਆ ਬਾਤ ਹੈ। ਅਤੇ ਉਹ ਜਦੋਂ ਮੈਂ ਡਿਸਾਈਡ ਕੀਤਾ ਤਾਂ ਫਿਰ ਵਿਰੋਧਤਾ ਵੀ ਹੋਈ ਜੀ, ਘਰੇ ਪੂਰੀ ਵਿਰੋਧਤਾ ਚੱਲੀ ਬਾਪੂ ਨਾਲ ਵੀ, ਕੁਰਸੀ ਅਤੇ ਉੱਪਰ ਲਾਲ ਬੱਤੀ, 6 ਸਟੇਟਾਂ, ਵੱਡਾ ਕੰਮ ਸੀ ਅਤੇ ਵੱਡਾ ਨਾਂ ਸੀ ਅਤੇ ਸਾਰਾ ਕੁਛ ਅੱਛਾ ਸੀ, ਤਨਖਾਹ ਅੱਛੀ ਸੀ। ਫਿਰ ਉਹ ਸੋਚ ਕੇ ਕਹਿੰਦੇ ਨੇ 1 ਸਾਲ ਕੈਂਸੋ ਕੈਂਸੀ ਚੱਲਦੀ ਰਹੀ ਜੀ। ਫਿਰ ਮੈਂ ਥੋੜ੍ਹੀ ਦੇਰ ਛੁੱਟੀ ਲੈਤੀ ਡਿਪਾਰਟਮੈਂਟ 'ਚੋਂ, ਛੁੱਟੀ ਲੈ ਕੇ ਮੈਂ ਕੰਮ ਕੀਤਾ ਆਪਦਾ, ਪ੍ਰੋਡਕਸ਼ਨਸ ਕੀਤੀਆਂ। ਓਕੇ। 1 ਤਾਰਾ ਵੱਜਦਾ ਵੀ ਸਾਡੀ ਬਿਹਤਰੀਨ ਪ੍ਰੋਡਕਸ਼ਨ ਸੀ ਜੋ ਟੈਗੋਰ ਥੀਏਟਰ ਚੰਡੀਗੜ੍ਹ 'ਚ ਅਸੀਂ ਉਦੋਂ ਲੋਕਾਂ ਦੇ ਮੂਹਰੇ ਪਬਲਿਕ ਕੀਤਾ, ਤਾਂ ਉੱਥੇ ਮੇਰੇ ਇੱਕ ਉਸਤਾਦ, ਉਹ ਵੀ ਵਿਚਾਰੇ ਚਲੇ ਗਏ ਮੇਰੇ, ਬਹੁਤ ਸਮੇਂ ਸਮੇਂ ਮੈਨੂੰ ਗਾਈਡ ਕਰਦੇ ਰਹੇ ਨੇ, ਮੈਨੂੰ ਕਹਿੰਦੇ ਨੇ, ਮੇਰੇ ਵੱਡੇ ਕ੍ਰੈਟਿਕਸ ਵੀ ਉਹ ਸੀ ਜਿਹੜੇ ਮੈਨੂੰ ਕਈ ਥਾਂ 'ਤੇ ਨਿੰਦੇ ਵੀ ਸੀ। ਪਰ ਅਖੀਰ ਉਹਨਾਂ ਨੇ ਜਦੋਂ ਮੇਰੀ ਉਹ ਪ੍ਰੋਡਕਸ਼ਨ ਦੇਖੀ ਤਾਂ ਉਹਨਾਂ ਨੇ ਮੈਨੂੰ ਆ ਕੇ ਜੱਫੀ ਪਾ ਲਈ। ਕਿਆ ਬਾਤ ਹੈ। ਕਿ ਵੀ ਅੱਜ ਮੈਨੂੰ ਮਹਿਸੂਸ ਹੋ ਗਿਆ ਕਿ ਤੂੰ ਮਾਰ ਨਹੀਂ ਖਾਂਦਾ ਜ਼ਿੰਦਗੀ 'ਚ। ਕਿਆ ਬਾਤ। ਮੇਰੇ ਪ੍ਰੋਫੈਸਰ ਵੀ ਰਹੇ ਜੀ, ਡਾਕਟਰ ਰਾਜਪਾਲ, ਪ੍ਰੋਫੈਸਰ ਰਾਜਪਾਲ, ਅਤੇ ਉਹ ਫਿਰ ਮੇਰਾ ਹੌਸਲਾ ਵੱਧ ਗਿਆ ਜੀ। ਫਿਰ ਮੈਂ ਰਿਜ਼ਾਈਨ ਕਰਤਾ। ਰਿਜ਼ਾਈਨ ਕਰਕੇ ਮੈਂ 1994 ਦੇ ਪਹਿਲਾ ਟੂਰ
ਮੇਰਾ ਐਜ ਐਨ ਪ੍ਰੋਫੈਸ਼ਨ ਆਰਟਿਸਟ ਅਮੈਰੀਕਾ ਕੈਨੇਡਾ ਦਾ ਬਣਿਆ ਅਤੇ ਮੈਂ ਪਰਮਜੀਤ ਸਿੰਘ ਸਿੱਧੂ ਤੋਂ ਪੰਮੀ ਬਾਈ ਬਣ ਕੇ ਆ ਤੁਹਾਡੇ ਸਾਹਮਣੇ ਬੈਠਾ। ਚਲੋ ਖੈਰ, ਬਹੁਤ ਇਹ ਜਾਣਕਾਰੀ ਨਹੀਂ ਸੀ, ਮੈਂ ਬਹੁਤ ਇੰਟਰਵਿਊਆਂ 'ਚ ਸਰਚ ਕੀਤਾ ਬਟ ਇੰਨੀ ਡੀਪ ਜਾਣਕਾਰੀ ਮਿਲੀ ਹੈ ਤਾਂ ਤੁਹਾਨੂੰ ਪਤਾ ਲੱਗ ਜਾਣਾ। ਇੱਕ ਹੋਰ ਤੁਹਾਡੇ ਬਾਰੇ ਅਸੀਂ ਅਫਵਾਹ ਸੁਣਦੇ ਹਾਂ ਕਿ ਤੁਸੀਂ ਪੁਲਿਸ 'ਚ ਜਾਂ ਆਰਮੀ 'ਚੋਂ, ਕਿਉਂਕਿ ਤੁਹਾਡੀਆਂ ਫੋਟੋਆਂ ਅਸੀਂ ਅਕਸਰ ਵਰਦੀ 'ਚ ਦੇਖੀਆਂ ਅਤੇ ਮੈਂ ਝੂਠ ਨਹੀਂ ਬੋਲਾਂਗਾ, ਕਾਫੀ ਹੱਦ ਤੱਕ ਤਾਂ ਮੈਨੂੰ ਵੀ ਇਹ ਗਲਤ ਫਹਿਮੀ ਰਹੀ ਕਿ ਸਰ ਪੰਜਾਬ ਪੁਲਿਸ 'ਚ ਨੇ, ਇਹਦੇ ਬਾਰੇ ਦੱਸਿਓ ਵੀ ਇਹ ਵੀ ਮੈਂ ਤੁਹਾਨੂੰ ਦੱਸਦਾ, ਇਹ ਨਹੀਂ ਕੋਈ ਭੁਲੇਖਾ ਨਹੀਂ ਪਿਆ। ਜਦੋਂ ਮੈਂ 1994 ਦੇ ਵਿੱਚ ਨੌਕਰੀ ਛੱਡੀ ਅਤੇ ਉਸ ਤੋਂ ਪਹਿਲਾਂ ਮੈਂ ਇੱਕ ਜਦੋਂ ਤੁਹਾਨੂੰ ਕਿਹਾ ਸੀ ਮੈਂ ਛੁੱਟੀ ਲੈਤੀ ਸੀ, 1993 ਦੇ ਵਿੱਚ ਮੈਂ ਇੱਕ ਫੈਸਟ ਕੀਤਾ ਸੀ ਬਹੁਤ ਵੱਡਾ, ਇੰਟਰਨੈਸ਼ਨਲ ਫੈਸਟੀਵਲ ਦਿੱਲੀ 'ਚ ਕੀਤਾ ਸੀ ਅਤੇ ਉਹਦੇ 'ਚ ਮੈਂ ਬੜੀਆਂ ਰਿਨਾਊਂਡ ਸ਼ਖਸੀਅਤਾਂ ਪਾਕਿਸਤਾਨ ਤੋਂ ਵੀ, ਇੰਗਲੈਂਡ ਤੋਂ ਵੀ, ਕੈਨੇਡਾ ਤੋਂ ਵੀ, ਨਿਊਜ਼ੀਲੈਂਡ ਤੋਂ ਵੀ, ਹਿੰਦੁਸਤਾਨ 'ਚੋਂ ਵੀ ਬਹੁਤ ਵੱਡੇ ਵੱਡੇ ਕਲਾਕਾਰ ਫਨਕਾਰਾਂ ਨੂੰ ਉਸ ਸਮਿਟ ਦੇ ਵਿੱਚ, ਫੋਕ ਮਿਊਜ਼ਿਕ ਸਮਿਟ ਸੀ ਅਤੇ ਪੰਜਾਬੀ ਅਕੈਡਮੀ ਦਿੱਲੀ ਦੀ ਕਲੈਬੋਰੇਸ਼ਨ ਦੇ ਨਾਲ ਨੱਚਦੀ ਜਵਾਨੀ ਨੇ ਕੀਤਾ ਅਤੇ ਮੈਂ ਉਸ ਪ੍ਰੋਗਰਾਮ ਦਾ ਉਸ ਟਾਈਮ ਦੇ ਉੱਤੇ ਔਰਗਨਾਈਜ਼ਿੰਗ ਸੈਕਟਰੀ ਸੀ ਅਤੇ ਉਸ ਪ੍ਰੋਗਰਾਮ ਨੂੰ ਅਸੀਂ ਸਕਸੈਸ ਕਰਨਾ ਸੀ ਅਤੇ ਮੇਰੇ ਕੋਲ ਬੜੇ ਨਾਂ ਆਏ ਵੀ ਕਿਹਨੂੰ ਕਿਹਨੂੰ ਅਸੀਂ ਉਸ ਪ੍ਰੋਗਰਾਮ ਦੇ ਵਿੱਚ ਇਨਵੋਲਵ ਕਰੀਏ, ਕਾਫੀ ਮਿਨਿਸਟਰ ਵੀ ਮੇਰੇ ਦੋਸਤ, ਇੱਕ ਤਾਂ ਰੁਖਸਤੀ ਹੋ ਗਏ ਉਹਨਾਂ 'ਚੋਂ, ਬਾਕੀ ਕੁਛ ਹੈਗੇ ਨੇ, ਕੁਛ ਮਿਨਿਸਟਰ ਲੈਤੇ ਇੱਥੇ ਬਜਾਰਤ ਸੀ ਉਸ ਟਾਈਮ ਦੇ ਉੱਤੇ, ਸਰਾ ਬੇਅੰਤ ਸਿੰਘ ਉਹਨਾਂ ਦੀ ਸਵਰਗੀ ਆ, ਅਤੇ ਕੁਛ IAS, ਕੁਛ IPS ਅਤੇ ਉਸ ਔਰਗਨਾਈਜ਼ਿੰਗ ਕਮੇਟੀ ਦੇ ਚੇਅਰਮੈਨ ਉਸ ਟਾਈਮ ਦੇ ਉੱਤੇ ਕਹਿੰਦੇ ਨੇ ਜਿਹੜਾ ਹੈਗਾ ਉਹ ਗਿੱਲ ਸਾਹਿਬ ਨੂੰ ਬਣਾਇਆ ਅਤੇ ਉਹਨਾਂ ਨੇ ਜਦੋਂ ਮੇਰਾ ਕੰਮ ਵਰਕਿੰਗ ਦੇਖੀ ਉੱਥੇ ਅਤੇ ਉਹ ਬਹੁਤ ਵੱਡੇ ਪੱਧਰ 'ਤੇ ਸੀ ਅਤੇ ਉਹਦੇ 'ਚ ਬੜੀਆਂ ਸ਼ਖਸੀਅਤਾਂ ਨੂੰ ਓਨਰ ਕੀਤਾ ਗਿਆ, ਸੁਰਿੰਦਰ ਕੌਰ ਜੀ ਨੂੰ ਓਨਰ ਕੀਤਾ ਗਿਆ, ਉਹਦੇ 'ਚ ਸਵਰਗੀ ਆ ਬੇਲੀ ਰਾਮ ਅਲਗੋਜ਼ਾ ਮਾਸਟਰ ਨੂੰ ਓਨਰ ਕੀਤਾ ਗਿਆ, ਇਸੇ ਤਰ੍ਹਾਂ ਸੰਗੀਤਕਾਰ ਚਰਨਜੀਤ ਹੂਜਾ ਸਾਹਿਬ ਨੂੰ ਓਨਰ ਕੀਤਾ ਗਿਆ, ਸੂਫੀਆਨਾ ਕਲਾਮ ਦੇ ਵਿੱਚ ਸਵਰਗੀ ਬਰਕਤ ਸਿੱਧੂ ਨੂੰ ਓਨਰ ਕੀਤਾ ਗਿਆ, ਵੱਡਾ ਕੰਮ ਹੋਇਆ। ਉਸ ਵੱਡੇ ਕੰਮ ਨੂੰ ਦੇਖ ਕੇ ਅਤੇ ਮੈਨੂੰ ਫਿਰ, ਕਿਉਂਕਿ ਮੈਂ ਰਿਜ਼ਾਈਨ ਕਰ ਚੁੱਕਿਆ ਸੀ ਉੱਧਰੋਂ ਤਾਂ ਛੱਡ ਗਿਆ, ਮੈਨੂੰ ਪੰਜਾਬ ਸਰਕਾਰ ਵੱਲੋਂ ਔਫਰ ਆਈ ਕਿ ਵੀ ਤੂੰ ਜੁਆਇਨ ਕਰ ਲੈ ਪੰਜਾਬ ਪੁਲਿਸ ਐਜ ਐਨ DSP ਜੀ, ਅਤੇ ਮੈਂ ਇਗਨੋਰ ਕਰਤਾ, ਮੈਂ ਕਿਹਾ ਸੋਰੀ ਜੀ ਵੀ ਮੈਂ ਨਹੀਂ ਕਰਨੀ, ਮੈਂ ਸਰਵਿਸ ਕਰਨੀ ਨਹੀਂ, ਮੈਂ ਤਾਂ ਪਹਿਲਾਂ ਪੰਜਾਲੀ ਕੱਢ ਕੇ ਹਟਿਆ। ਅਤੇ ਫਿਰ ਮੈਨੂੰ ਇੱਥੇ ਸਾਡੇ ਮਿਸ KS ਲੇਖੀ ਸੀ, KL ਲੇਖੀ DIG, ਅਤੇ ਉਹਨਾਂ ਦੇ ਨਾਲ SP ਸੀ ਮੇਰੇ ਦੋਸਤ ਮਦਨਜੀਤ ਸਿੰਘ ਜੀ, ਉਹ ਕਹਿਣ ਲੱਗੇ ਯਾਰ ਸਾਡੇ ਪੰਜਾਬ ਪੁਲਿਸ ਲਈ ਨਾ ਡਾਇਰੈਕਟਰ ਜਨਰਲ ਤੈਨੂੰ ਮਿਲਣਾ ਚਾਹੁੰਦੇ ਨੇ ਜੀ, ਅਤੇ ਉਹ ਤੇਰੀਆਂ ਸਰਵਿਸਿਜ ਲੈਣਾ ਚਾਹੁੰਦੇ ਨੇ ਜੀ। ਸੋ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਸਰਵਿਸਿਜ ਦੇਣ ਲਈ ਤਿਆਰ ਹਾਂ ਪਰ ਔਨ ਕੰਟਰੈਕਟ ਬੇਸਿਸ, ਨੋਟ ਐਜ ਦਾ ਰੈਗੂਲਰ ਇੰਪਲਾਈ ਜੀ। ਅਤੇ ਉਹ ਫਿਰ ਮੈਂ ਉਹਨਾਂ ਨਾਲ 2 ਸਾਲ ਦਾ ਜੀ ਜਿਹੜਾ ਹੈਗਾ ਔਨ ਕੰਟਰੈਕਟ ਬੇਸਿਸ ਐਜ ਐਨ ਡਾਇਰੈਕਟਰ ਕਲਚਰ ਪੰਜਾਬ ਪੁਲਿਸ ਜੀ ਕੰਟਰੈਕਟ ਸਾਈਨ ਕੀਤਾ ਜੀ। ਅਤੇ ਉਹਦੇ 'ਚ ਇੱਕੋ ਹੀ ਕੰਮ ਜਿਹੜਾ ਮੈਂ ਭਲੇ ਦਾ ਕਰ ਸਕਿਆ ਜੀ, ਕਿ ਮੈਂ 40 ਤੋਂ 45 ਗਰੀਬ ਆਰਟਿਸਟ ਜੀ, ਲੋੜਵੰਦ ਮੁੰਡੇ ਕੁੜੀਆਂ ਜਿਹੜੇ ਕਲਾਕਾਰੀ ਖੇਤਰ ਨਾਲ ਜੁੜੇ ਹੋਏ ਸਨ, ਕੁਛ ਡਾਂਸਰ ਸਨ, ਕੁਛ ਸਾਜੀ ਸਨ, ਕੋਈ ਆਵਾਜ਼ੀ ਸਨ, ਅਲੱਗ ਅਲੱਗ ਕੁਛ ਬਾਜੀ ਪਾਉਣ ਵਾਲੇ ਸਨ, ਅਲੱਗ ਅਲੱਗ ਕਿਸਮ ਦੇ ਫਨਕਾਰ ਕਲਾਕਾਰ, ਉਹ ਮੈਂ ਵਿਦ ਆਲ ਰਿਲੈਕਸੇਸ਼ਨ ਪੰਜਾਬ ਪੁਲਿਸ 'ਚ ਐਜ ਐਨ ਡਾਇਰੈਕਟਰ ਹੋਣ ਦੇ ਨਾਤੇ ਉਹ ਭਰਤੀ ਕਰਾਏ, ਉਹ ਪਰਮਾਨੈਂਟ ਉਹਨਾਂ ਦੀ ਰੋਟੀ ਰੋਜ਼ੀ ਜਿਹੜੀ ਹੈਗੀ ਆ ਸਟਿਲ ਚੱਲ ਰਹੀ ਹੈ। ਉਹਨਾਂ 'ਚੋਂ ਬੜੇ ਲੋਕ ASI ਬਣ ਗਏ, SI ਬਣ ਗਏ, ਇੱਕ ਮੁੰਡਾ ਇੰਸਪੈਕਟਰ ਬਣ ਗਿਆ ਸੀ। ਅਤੇ ਇਹ ਵੀ ਦੱਸਣਾ ਚਾਹੁੰਦਾ ਕਿ ਜਸਵੀਰ ਜੱਸੀ ਕੁੜੀ ਗੁਜਰਾਤ ਵਾਲਾ, ਉਹਨੂੰ ਵੀ ਮੈਂ ASI ਭਰਤੀ ਕਰਾਇਆ ਸੀ, ਉਹ ਛੱਡ ਗਿਆ। ਸੋ ਉਹ ਭਲੇ ਦਾ ਕੰਮ ਮੈਂ ਜ਼ਰੂਰ ਕੀਤਾ ਅਤੇ ਉਨੀ ਕੁ ਮੇਰੀ ਸ਼ਮੂਲੀਅਤ ਰਹੀ ਹੈ। ਅਤੇ ਉਸ ਤੋਂ ਮਗਰੋਂ ਮੈਂ ਆਪਦੇ ਕੰਮ 'ਚ ਹੀ ਇੰਨਾ ਰੁੱਝ ਗਿਆ ਕਿ ਮੇਰੇ ਕੋਲ ਸਮਾਂ ਹੀ ਨਹੀਂ ਸੀ ਕਿ ਵੀ ਮੈਂ ਕਿਸੇ ਲਈ ਕੰਮ ਕਰ ਸਕਾਂ। ਇੱਕ ਗੱਲ ਹੋਰ ਸਰ, ਐਜ਼ ਅ ਸਿੰਗਰ ਜਿਹੜੀ ਮੇਰੇ ਵਰਗੀ ਜਨਰੇਸ਼ਨ ਆ 25-26-28 ਸਾਲ ਦੇ, ਉਹਨਾਂ ਨੇ ਤੁਹਾਨੂੰ ਐਜ਼ ਅ ਸਿੰਗਰ ਦੇਖਿਆ, ਪੁਰਾਣਾ ਰਿਕਾਰਡ ਤੁਹਾਡਾ ਬਹੁਤ ਘੱਟ ਜਾਣਦੇ ਨੇ, ਐਜ਼ ਅ ਸਿੰਗਰ ਤੁਹਾਨੂੰ ਇੱਕ ਬੜੀ ਵੱਡੀ ਪਹਿਚਾਣ ਮਿਲੀ, ਤੁਸੀਂ ਇਹ ਸੋਚਿਆ ਸੀ ਵੀ ਮੈਨੂੰ ਐਜ਼ ਅ ਸਿੰਗਰ ਇੰਨਾ ਪਿਆਰ ਮਿਲੂਗਾ? ਤੁਹਾਡੀ ਪਹਿਲਾਂ ਟੇਪ ਆਈ ਸੀ ਜ਼ਬਰਦਸਤ ਸੁਪਰ ਡੁਪਰ ਹਿੱਟ, ਮੈਂ ਕਦੇ ਸੋਚਿਆ ਹੀ ਨਹੀਂ ਸੀ ਮੈਂ ਪ੍ਰੋਫੈਸ਼ਨਲ ਆਰਟਿਸਟ ਬਣੂੰਗਾ। ਉਹ ਐਲਬਮ ਦਾ ਆਈਡੀਆ ਤੁਹਾਨੂੰ ਕਿੱਦਾਂ ਆਇਆ ਕਿ ਮੈਂ ਇੱਕ ਪ੍ਰੋਪਰ ਐਜ਼ ਅ ਸਿੰਗਰ ਐਲਬਮ ਕਰਾਂ? ਉਹ ਦੇਖੋ ਉਹਦੀ ਜਿਹੜੀ ਹੈਗੀ ਹੈ ਮਾਝੇ ਮਾਲਵੇ ਦੇ ਬਾਬੇ ਦੀਆਂ ਬੋਲੀਆਂ ਜਦੋਂ ਆਈ
ਅਤੇ ਮੈਂ ਉਹ ਤੋਂ ਪਹਿਲਾਂ ਹੀ ਸ਼ੌਕੀਆ ਤੌਰ 'ਤੇ ਤੁਹਾਨੂੰ ਦੱਸਿਆ ਹਾਂਜੀ ਵੀ ਮੈਂ ਅਣਖੀ ਸ਼ੇਰ ਪੰਜਾਬ ਦੇ ਅੰਮ੍ਰਿਤ ਬਾਜਾਂ ਵਾਲੇ ਦਾ, ਜਵਾਨੀ ਬਾਜਾਂ ਮਾਰਦੀ ਅਤੇ ਆਪਣਾ ਇੱਛਾ ਬਲ ਇਹੋ ਜਿਹੀਆਂ ਕੈਸਟਸ ਦੇ ਵਿੱਚ ਮੈਂ ਗਾ ਚੁੱਕਿਆ ਸੀ ਅਤੇ ਪਰ ਉਹ ਜਦੋਂ ਮੈਂ ਕੈਨੇਡਾ ਅਮੈਰੀਕਾ ਦਾ ਟੂਰ ਲਾ ਕੇ ਆਇਆ ਜੀ, ਉੱਥੇ ਮੈਂ ਲਾਈਵ ਪਹਿਲੀ ਵਾਰ 1994 'ਚ ਬਾਈ ਮਨਿੰਦਰ ਗਿੱਲ ਜੋ ਸਾਡਾ ਪ੍ਰਮੋਟਰ ਸੀ, ਉਹ ਵੀ ਮੇਰਾ ਬਹੁਤ ਅੱਛਾ ਮਿੱਤਰ ਹੈ ਅਤੇ ਕੈਨੇਡਾ 'ਚ ਰਹਿੰਦਾ ਸਰੀ 'ਚ ਜੀ, ਉੱਥੇ ਉਹ ਜਦੋਂ ਮੈਨੂੰ ਲੈ ਕੇ ਗਿਆ ਤਾਂ ਵੱਡੇ ਵੱਡੇ ਫਨਕਾਰ ਹੰਸਰਾਜ ਜੀ ਅਤੇ ਈਵਨ ਦੈਨ ਕਿ ਪਾਕਿਸਤਾਨ ਤੋਂ ਆਕਰਮ ਰਾਹੀ ਹੋਣੀ ਅਤੇ ਹੋਰ ਅੱਛੇ ਫਨਕਾਰ ਸਾਡੇ ਕਮੇਡੀਅਨ ਉੱਥੋਂ ਦੇ ਫੌਤ ਹੋ ਗਏ ਨੇ, ਸ਼ੌਂਕੀ ਖਾਨ ਸਾਹਿਬ, ਆਪਣੇ ਭੱਲਾ ਸਾਹਿਬ ਜਸਵਿੰਦਰ, ਇਹ ਸਾਰੇ ਬੰਦੇ ਉਸ ਗਰੁੱਪ ਦੇ ਵਿੱਚ ਸ਼ਾਮਿਲ ਸੀ, ਉਹਨਾਂ 'ਚੋਂ ਇੱਕ ਮੈਂ ਸੀ ਜੀ, ਅਤੇ ਮੈਂ ਉੱਥੇ ਲਾਈਵ ਬੋਲੀਆਂ ਅਤੇ ਜਿਹੜੇ ਮੁੰਡੇ ਇੱਥੋਂ ਭੰਗੜਾ ਪਾ ਕੇ ਗਏ ਸੀ ਉਹਨਾਂ ਨੂੰ ਲੈਤਾ, ਰਿਹਰਸਲ ਕੀਤੀ ਜੀ, ਉਹਨਾਂ 'ਚ ਸਰਬਜੀਤ ਚੀਮਾ ਮੇਰਾ ਛੋਟਾ ਭਰਾ ਉਹ ਵੀ ਸ਼ਾਮਿਲ ਸੀ, ਪੰਮੇ ਹੋਣੀ, ਲਾਡੀ ਹੋਣੀ, ਸਾਰੇ ਮਿੱਤਰ, ਅਤੇ ਉਹ ਮੇਰੇ ਪਿੱਛੇ ਲਾਈਵ ਭੰਗੜਾ ਅਤੇ ਮੈਂ ਲਾਈਵ ਖੂੰਡਾ ਫੜ ਕੇ ਹੱਥ 'ਚ ਇਸ ਤਰ੍ਹਾਂ ਅਤੇ ਮੈਂ ਲਾਈਵ ਬੋਲੀਆਂ ਪਾਈਆਂ ਜੀ, ਉਹ ਕੋਈ 8,000 ਕਰੀਬ ਉਸ ਟਾਈਮ 'ਤੇ ਕੋਲਸੀਅਮ ਦੇ ਵਿੱਚ ਜਿਹੜਾ ਹੈਗਾ ਆਡੀਅੰਸ ਬੈਠੀ ਸੀ, ਵਿਸਾਖੀ ਦਾ ਤਿਉਹਾਰ ਸੀ ਅਤੇ ਵਿਸਾਖੀ ਦੇ ਉੱਤੇ ਹੀ ਮੈਂ ਗਾਣਾ ਬਾਈ ਸੁਰਜੀਤ ਗਿੱਲ ਦਾ ਲਿਖਿਆ ਹੋਇਆ ਸੀ ਜੀ, ਆਈ ਜਾਂ ਵਿਸਾਖੀ ਡਗਲ ਆਇਆ ਢੋਲੀਆਂ ਹੋਏ ਆਉਂਦੇ ਬੰਨ ਢੋਲੀਆਂ, ਗੱਭਰੂ ਪੰਜਾਬ ਦੇ ਨੇ ਪਾਉਂਦੇ ਬੋਲੀਆਂ ਤੇ ਉਹ ਮਠਾਸਾਂ ਖੋਲੀਆਂ, ਚੋਪਰਾਂ ਦੇ ਹੱਥਾਂ ਵਿੱਚ ਗੁੰਡੇ ਸੱਜਦੇ ਉਹ ਕਿੰਨੇ ਸੋਹਣੇ ਲੱਗਦੇ, ਅਣਖੀ ਜਵਾਨ ਸ਼ੇਰਾਂ ਵਾਂਗੂ ਗੱਜਦੇ ਤੇ ਨਮਦਾਨੋ ਭੱਜਦੇ, ਅਣਖੀ ਜਵਾਨ ਸ਼ੇਰਾਂ ਵਾਂਗੂ ਗੱਜਦੇ ਤੇ ਨਮਦਾਨੋ ਭੱਜਦੇ। ਜਦੋਂ ਬਈ ਛੋਟੇ ਵੀਰ ਇਹ ਗਾਣਾ ਗਾਇਆ ਜੀ, ਲੋਕਾਂ ਨੇ ਤਾਂ ਮੈਨੂੰ ਸਟੈਂਡਿੰਗ ਓਵੇਸ਼ਨ ਦਿੱਤੀ, ਖੜ ਕੇ ਤਾੜੀਆਂ ਮਾਰੀਆਂ ਤੇ ਮੈਂ ਕਦੇ ਜ਼ਿੰਦਗੀ 'ਚ ਸੋਚਿਆ ਹੀ ਨਹੀਂ ਸੀ। ਤੇ ਉਹ ਅਗਲੇ ਦਿਨ ਉੱਥੋਂ ਦੇ ਲੀਡਿੰਗ ਅੰਗਰੇਜ਼ੀ ਨਿਊਜ਼ ਪੇਪਰ 'ਚ ਮੇਰੀ ਖੂੰਡਾ ਫੜ ਕੇ ਵੱਡੀ ਫੋਟੋ ਲੱਗੀ ਹੋਈ। ਕਿਆ ਬਾਤ! ਸੋ ਉਸ ਨੇ ਮੈਨੂੰ ਇੰਨਾ ਕੁ ਪ੍ਰਸਥਾਨ ਕੀਤਾ ਤੇ ਬਈ ਫਿਰ ਮਨਿੰਦਰ ਗਿੱਲ ਨੇ ਵੀ ਮੈਨੂੰ ਕਿਹਾ ਕਿ ਮਿੱਤਰਾ ਜਾ ਕੇ ਬੋਲੀਆਂ ਰਿਕਾਰਡ ਕਰਾ ਦੇ। ਕਿਆ ਬਾਤ ਹੈ! ਤੇ ਤੂੰ ਅਮਰੀਕਾ ਕੈਨੇਡਾ ਦੇ ਟੂਰ 'ਚ ਛਾ ਗਿਆ। ਕਿਆ ਬਾਤ ਹੈ! ਤੇ ਮੇਰੇ ਕੋਲ ਉਦੋਂ ਦੋ ਗਾਣੇ ਹੁੰਦੇ ਸੀ, ਇੱਕ ਗਾਣਾ ਮੇਰਾ ਬਹੁਤ ਜ਼ਿਆਦਾ ਪਾਪੂਲਰ ਹੈ ਜਿਹੜਾ ਜੀ ਨਹੀਂ ਜਾਣ ਨੂੰ ਕਰਦਾ ਰੰਗਲੀ ਦੁਨੀਆ ਤੋਂ, ਉਹ ਕਿਸੇ ਦਾ ਵੀ ਨਹੀਂ ਕਰਦਾ, ਨਾ ਮੇਰਾ ਕਰਦਾ, ਨਾ ਤੇਰਾ ਕਰਦਾ, ਨਾ ਦੇਖਣ ਵਾਲਿਆਂ ਦਾ ਕਰਦਾ। ਸਹੀ ਗੱਲ ਹੈ। ਸੋ ਬਸ ਇਹ ਕਹਾਣੀ, ਇਹ ਸਿਲਸਿਲਾ ਚੱਲਦਾ ਰਿਹਾ ਜਿੱਥੇ ਤੱਕ ਤੇਰੇ ਇੱਕ ਸਵਾਲ ਦਾ ਮੈਂ ਜਵਾਬ ਦੇਣਾ ਵਿੱਚ ਛੱਡ ਗਿਆ ਸੀ। ਹਾਂਜੀ, ਫੌਜ ਦੀ ਵਰਦੀ। ਹਾਂਜੀ ਬਿਲਕੁਲ। ਅਤੇ ਮੈਂ ਦੱਸਣਾ ਚਾਹੁੰਦਾ ਲੋਕਾਂ ਨੂੰ ਕਿ ਮੈਂ ਜਦੋਂ BA ਕੀਤੀ ਸੀ, ਮੈਂ NCC ਦਾ C ਸਰਟੀਫਿਕੇਟ ਫਸਟ ਡਿਵੀਜ਼ਨ 'ਚ ਪਾਸ ਕੀਤਾ। ਹਾਂਜੀ। ਅਤੇ ਮੈਂ ਸ਼ੋਰਟ ਸਰਵਿਸ ਕਮਿਸ਼ਨ 'ਚ ਸੈਕਿੰਡ ਲੈਫਟੀਨੈਂਟ ਸਿਲੈਕਟ ਵੀ ਹੋ ਗਿਆ। ਕਿਆ ਬਾਤ! ਪਰ ਮੇਰੀ ਮਾਂ ਨੇ ਮੈਨੂੰ ਜਾਣ ਨਹੀਂ ਦਿੱਤਾ। ਪਰ ਮੈਂ ਅੱਜ ਸੋਚਦਾ ਵੀ ਯਾਰ ਜੇ ਵਗ ਜਾਂਦਾ ਫਿਰ ਮੈਂ ਫੌਜੀ ਹੋ ਕੇ ਰਿਟਾਇਰ ਹੋ ਜਾਂਦਾ ਅਤੇ ਆਹ ਸਾਰਾ ਕੁਛ ਮੇਰੇ ਹੱਥੋਂ ਨਿਕਲ ਜਾਣਾ ਸੀ। ਹੈ ਤਾਂ ਬੜਾ ਅੱਛਾ ਕੀਤਾ ਮੇਰੀ ਮਾਂ ਨੇ ਕਿ ਮੈਨੂੰ ਜਾਣ ਨਹੀਂ ਦਿੱਤਾ, ਇਹ ਕਹਿ ਕੇ ਵੀ ਇਕੱਲਾ ਇਕੱਲਾ ਪੁੱਤ ਹੈ ਮੈਂ ਨਹੀਂ ਤੋਰਦੀ। ਕਿਆ ਬਾਤ! ਅਤੇ ਉਹ ਫੌਜ ਮੇਰੇ ਅੰਦਰ ਹੈ, ਮੇਰੇ ਖਾਨਦਾਨ 'ਚ ਹੈ, ਮੇਰੇ ਭਰਾ ਵੀ ਫੌਜ 'ਚ ਰਹੇ ਨੇ, ਮੇਰੇ ਭੂਆ ਦੇ ਮੁੰਡੇ ਵੀ, ਮੇਰੇ ਫੁੱਫੜੋਣੀ ਵੀ, ਅਤੇ ਬਹੁਤ ਮਤਲਬ ਕਿ ਸਾਡਾ ਫੌਜੀ ਖਾਨਦਾਨ ਹੀ ਹੈ। ਮੇਰਾ ਭਾਣਜਾ ਕਰਨਲ ਆਰਮੀ 'ਚ ਜੀ, ਅਤੇ ਉਹ ਫਿਰ ਮੈਨੂੰ ਸੀ, ਮੈਂ ਕਿਹਾ ਗਾਣਿਆਂ ਦੇ ਏਰੀਏ ਚੱਲ ਮੈਂ ਵਰਦੀ ਪਾਵਾਂ, ਵਿਜੇ ਧੰਮੀ ਦਾ ਗਾਣਾ ਸੀ ਫੌਜੀ ਬਾਰਡਰ 'ਤੇ ਦੇਖ ਧਮਾਲਾਂ ਪਾਉਂਦਾ, ਫਿਰ ਉਦੋਂ ਮੈਂ ਵਰਦੀ ਬਣਾਈ, ਉਹਨੂੰ ਸ਼ੂਟ ਕੀਤਾ ਗਾਣੇ ਨੂੰ, ਅਤੇ ਇੱਕ ਵਾਰ ਮੈਂ ਕੈਪਟਨ ਅਮਰਿੰਦਰ ਸਿੰਘ ਦੇ ਸਾਹਮਣੇ ਮੈਨੂੰ ਪ੍ਰੋਗਰਾਮ ਉਹਨਾਂ ਦੀ ਫੌਜ ਯੂਨਿਟ ਦੇ ਵਿੱਚ ਚਾਰ ਸਿੱਖ ਦੇ ਵਿੱਚ ਕਰਨ ਦਾ ਮੈਨੂੰ ਮਾਣ ਪ੍ਰਾਪਤ ਹੋਇਆ, ਅਤੇ ਉੱਥੇ ਮੈਂ ਵਰਦੀ ਪਾ ਕੇ ਆ ਗਿਆ, ਅਤੇ ਮੈਂ ਉੱਥੇ ਕਿਹਾ ਜੀ ਮੈਂ ਇੱਥੇ ਦੇਖੋ ਕੈਪਟਨ ਦੇ ਸਟਾਰ ਹੀ ਲਏ ਨੇ, ਮੈਂ ਮੇਜਰ ਦੇ ਵੀ ਲਾ ਸਕਦਾ ਸੀ, ਪਰ ਡਿਊ ਟੂ ਯੂ ਕਿ ਤੁਹਾਡੀ ਰਿਸਪੈਕਟ ਦੇ ਜ਼ਰੀਏ ਮੈਂ ਸਿਰਫ ਮਤਲਬ ਕੈਪਟਨ ਦੇ ਸਟਾਰ ਲਾ ਕੇ ਗਾਣਾ ਪੇਸ਼ ਕਰ ਰਿਹਾ। ਉਹ ਮੈਨੂੰ ਮਹਾਰਾਣੀ ਪ੍ਰਨੀਤ ਕੌਰ ਕਹਿਣ ਲੱਗ ਗਏ ਕਿ ਵੀ ਯਾਰ ਤੇਰੀ ਤਾਂ ਪਛਾਣ ਹੀ ਨਹੀਂ ਆਉਂਦੀ, ਕਿਉਂਕਿ ਫੌਜੀ ਹੈ ਕੌਣ? ਕਹਿੰਦੀ ਅਸੀਂ ਆਖਿਆ ਕਿਤੇ ਫੌਜੀ ਚੜ ਗਿਆ ਕੋਈ ਸਟੇਜ 'ਤੇ। ਖੁਸ਼ੀ ਦੀ ਗੱਲ ਇਹ ਆ, ਮੇਰੇ ਡੈਡੀ ਵੀ ਫੌਜੀ ਨੇ। ਵਾਹ ਜੀ ਵਾਹ ਵਾਹ, ਕਿਆ ਬਾਤ ਹੈ! ਅਤੇ ਇੱਕ ਖਾਸ ਗੱਲ ਮੈਂ ਹੋਰ ਜਿਹੜੀ ਤੁਸੀਂ ਸ਼ਾਇਦ ਗੱਲਾਂ 'ਚ ਤੁਸੀਂ ਅੰਡਰਸਟੈਂਡ ਕੀਤੀ ਹੋ ਕਿ ਇਹਨਾਂ ਨੇ DSP ਦਾ ਅਹੁਦਾ ਛੱਡਤਾ ਸੀ ਪਰ ਉਸ ਤੋਂ ਬਾਅਦ 'ਚ ਡਾਇਰੈਕਟਰ ਜਨਰਲ ਬਣੇ। ਅਗਰ ਜ਼ਿੰਦਗੀ 'ਚ ਕੋਈ ਚੀਜ਼ ਸਾਨੂੰ ਕਿਸੇ ਟਾਈਮ ਨਹੀਂ ਮਿਲਦੀ ਤਾਂ ਜ਼ਰੂਰੀ ਨਹੀਂ ਕਿ ਉੱਥੇ ਕੋਈ ਚੀਜ਼ ਖਤਮ ਹੋ ਜਾਂਦੀ ਆ, ਪਤਾ ਨਹੀਂ ਰੱਬ ਨੇ ਕੀ ਵੱਡਾ ਸੋਚ ਕੇ ਰੱਖਿਆ ਹੁੰਦਾ। ਅਤੇ DSP ਦਾ ਅਹੁਦਾ ਛੱਡਣਾ ਬਹੁਤ ਵੱਡੀ ਗੱਲ ਹੁੰਦੀ ਹੈ, ਛੋਟੀ ਗੱਲ ਨਹੀਂ ਹੁੰਦੀ। ਅਤੇ ਇਹਨਾਂ ਨੇ ਅਹੁਦਾ ਛੱਡ ਕੇ ਅੱਜ ਮੈਨੂੰ ਲੱਗਦਾ ਵੀ ਬਹੁਤ ਜੋ ਅੱਜ ਹੈਗੇ ਨੇ ਉਹ ਅਹੁਦੇ ਛੱਡ ਕੇ ਹੀ ਬਣੇ ਨੇ, ਨਹੀਂ ਕੁਰਸੀ ਜੋਗੇ ਰਹਿ ਜਾਂਦੇ। ਬਿਲਕੁਲ ਭਰਾਵੋ, ਮੈਂ ਤਾਂ ਛੱਡੀ ਤਾਂ ਹੀ ਸੀ ਕੁਰਸੀ, ਵੀ ਸੰਗਲ ਜੀ ਨਹੀਂ ਦੇ ਤਾਂ ਕੁਰਸੀ ਦਾ ਤਾਂ ਕੰਮ ਨਹੀਂ ਕਰ ਸਕਦਾ, ਕੰਮ ਨਹੀਂ ਕਰ ਸਕਦਾ। ਮੈਂ ਬਿਲਕੁਲ ਫ੍ਰੀ ਹਾਂ, ਮੈਂ ਫਿਲਮਾਂ ਵੀ ਬਣਾਉਂਦਾ ਅਤੇ ਮੈਂ ਗਾਉਣਾ ਵੀ ਹਾਂ, ਮੈਂ ਲਿਖਦਾ ਵੀ ਹਾਂ, ਪੜ੍ਹਦਾ ਵੀ ਹਾਂ, ਅਤੇ ਬੜਾ ਆਨੰਦ ਲੈਂਦਾ ਕਿਉਂਕਿ ਜੋ ਮਾਨ ਜੋ ਛੋਟੇ ਵੀਰ ਗੁਰੂ ਨੇ ਜੋ ਲੋਕਾਂ ਨੇ ਪਿਆਰ ਬਖਸ਼ਿਆ ਜੀ, ਮੈਂ ਉਹਦੇ ਲਈ ਸਦਾ ਰਿਣੀ ਹਾਂ, ਸਦਾ ਰਿਣੀ ਹਾਂ ਸਾਰੇ ਪੰਜਾਬੀਆਂ ਦਾ, ਹਿੰਦੁਸਤਾਨੀ ਪੰਜਾਬੀਆਂ ਦਾ, ਪਾਕਿਸਤਾਨੀ ਪੰਜਾਬੀਆਂ ਦਾ, ਪੂਰੀ ਆਲਮ ਦੁਨੀਆ 'ਚ ਵੱਸਦੇ ਪੰਜਾਬੀਆਂ ਦਾ।
ਕਿਆ ਬਾਤ ਹੈ। ਫਿਲਮਾਂ ਦਾ ਤੁਸੀਂ ਜ਼ਿਕਰ ਕੀਤਾ, ਮੈਨੂੰ ਤੁਹਾਡੀ ਫਿਲਮ ਦਾਰਾ ਯਾਦ ਆਉਂਦੀ ਹੈ, ਅਤੇ ਹਾਲਾਂਕਿ ਮੈਂ ਮਨਦੀਪ ਸਿੱਧੂ ਹੋਣਾ ਦੀ ਬਦੌਲਤ ਉਸ ਫਿਲਮ ਬਾਰੇ ਬਹੁਤ ਕੁਝ ਜਾਣਦਾ, ਮੈਂ ਦੇਖੀ ਤਾਂ ਨਹੀਂ, ਮੈਂ ਜਾਣਦਾ। ਹੁਣ ਜਿਹੜੀਆਂ ਫਿਲਮਾਂ ਬਣ ਰਹੀਆਂ ਨੇ ਜਾਂ ਹੁਣ ਤੁਹਾਨੂੰ ਕੋਈ ਔਫਰ ਆ ਰਿਹਾ ਫਿਲਮ, ਕਿਉਂਕਿ ਦਾਰਾ 'ਚ ਤੁਸੀਂ ਬਹੁਤ ਸੋਹਣਾ ਕਰੈਕਟਰ ਮੈਂ ਸੁਣਿਆ ਪਲੇ ਕੀਤਾ, ਹੁਣ ਵਾਲੀਆਂ ਫਿਲਮਾਂ ਬਾਰੇ ਕੀ ਵਿਚਾਰ ਨੇ, ਅਤੇ ਕਿਸ ਤਰ੍ਹਾਂ ਦਾ ਕਰੈਕਟਰ ਜੇ ਤੁਹਾਨੂੰ ਔਫਰ ਹੁੰਦਾ ਤਾਂ ਪੰਮੀ ਬਾਈ ਕਰਨਾ ਚਾਹੁੰਦੇ? ਦੇਖੋ ਮੈਂ ਥੀਏਟਰ ਦਾ ਬੰਦਾ, ਮੇਰੇ ਲਈ ਕੋਈ ਪ੍ਰੋਬਲਮ ਨਹੀਂ, ਮੈਂ ਸੀਰੀਅਸ ਰੋਲ ਵੀ ਕਰ ਸਕਦਾ, ਮੈਂ ਕਮੇਡੀ ਰੋਲ ਵੀ ਕਰ ਸਕਦਾ, ਅਤੇ ਮੈਂ ਕੋਈ ਅੱਛਾ ਕਰੈਕਟਰ ਵੀ ਕਰ ਸਕਦਾ, ਉਹ ਨਹੀਂ ਕੋਈ ਮੈਨੂੰ ਮੇਰੇ ਲਈ ਪ੍ਰੋਬਲਮ ਜੀ। ਪਰ ਕਿ ਜਿਸ ਫਿਲਮ ਦੇ ਵਿੱਚ ਮੈਂ ਕੰਮ ਕਰ ਰਿਹਾ, ਕੀ ਉਹਦੀ ਸਾਰਥਕਤਾ ਹੈ ਜੀ? ਕਿਉਂਕਿ ਸਾਡੇ ਪੰਜਾਬ ਦੇ ਵਿੱਚ ਅੱਜ ਕੱਲ੍ਹ ਵਿਸ਼ਾ ਵਸਤੂ ਜਿਹੜੀ ਹੈ ਨਾ, ਜਿਹੜੇ ਫਿਲਮਾਂ ਦੀ ਸਾਰਥਕ ਅਸੀਂ ਕਹਿ ਸਕਦੇ ਹਾਂ ਕਿ ਇੱਕ ਅੱਛੀ ਸਟੋਰੀ, ਉਹ ਬਹੁਤ ਘੱਟ ਨੇ। ਹਾਹਾ ਹੀ ਵਾਲੀਆਂ ਫਿਲਮਾਂ ਬਣ ਗਈਆਂ ਨੇ ਡੈਫੀਨੇਟਲੀ, ਅਤੇ ਜਿਹੜੀਆਂ ਅੱਛੀਆਂ ਬਣਦੀਆਂ ਨੇ ਲੋਕ ਉਹਦੇ 'ਚ ਜਾਣਾ ਨਹੀਂ ਚਾਹੁੰਦੇ, ਕਿਉਂਕਿ ਅਸੀਂ ਅਵੇਅਰ ਹੀ ਨਹੀਂ ਹੋਏ, ਅਸੀਂ ਉਹਨੇ ਭਿੱਜੇ ਹੀ ਨਹੀਂ ਫਿਲਮਾਂ ਦੇ ਵਿੱਚ। ਕਿਉਂਕਿ ਮਨਦੀਪ ਸਿੰਘ ਦੀ ਆ ਕਿਤਾਬ ਮੈਂ ਇੱਥੇ ਰੱਖੀ ਵੀ ਹੈ, ਪੰਜਾਬੀ ਫਿਲਮਾਂ, ਅਤੇ ਮਨਦੀਪ ਸਿੱਧੂ ਦਾ ਮੈਂ ਫੈਨ ਵੀ ਹਾਂ, ਦੋਸਤ ਵੀ ਹਾਂ, ਅਤੇ ਉਹਨੂੰ ਪਹਿਲਾਂ ਅਖਬਾਰਾਂ 'ਚ ਪੜ੍ਹਨਾ ਸ਼ੁਰੂ ਕੀਤਾ, ਹੌਲੀ ਹੌਲੀ ਉਹਦੇ ਨਾਲ ਰਾਬਤਾ ਕਾਇਮ ਹੋਇਆ, ਉਹਦੀ ਨੇੜਤਾ ਕੀਤੀ, ਅਤੇ ਬਹੁਤ ਕੁਛ ਹਾਸਿਲ ਕੀਤਾ, ਕਿਉਂਕਿ ਉਹਦੇ ਕੋਲ ਬਹੁਤ ਖਜ਼ਾਨਾ ਹੈ ਫਿਲਮਾਂ ਬਾਰੇ, ਬਹੁਤ ਕੁਛ ਹੈ ਉਹਦੇ ਕੋਲ, ਸੋ ਉਹ ਗਿਆਨ ਵੀ ਹਾਸਿਲ ਕੀਤਾ। ਕਿਉਂਕਿ ਮੈਂ ਫਿਲਮਾਂ 'ਚ ਸਹੀ ਮਿਹਨਤ 'ਚ ਤਾਂ ਮੈਂ ਬਹੁਤ ਪੁਰਾਣਾ ਜੁੜਿਆ ਹੋਇਆ, ਬਿਲਕੁਲ, ਮੈਂ ਬਹੁਤ ਛੋਟਾ ਸੀ ਜਦੋਂ ਖੇਡਣ ਦੇ ਦਿਨ 4 ਫਿਲਮ ਸਨਾਮ 'ਚ ਸ਼ੂਟ ਹੋਈ, ਉਦੋਂ ਮੈਂ ਸਨਾਮ ਸਕੂਲ 'ਚ ਪੜ੍ਹਦਾ ਸੀ ਜੀ। ਉਸ ਤੋਂ ਬਾਅਦ ਉੱਥੇ ਜੱਗਾ ਫਿਲਮ ਸ਼ੂਟ ਹੋਈ, ਫਿਰ ਇੱਕ ਦੌਰ ਉਹ ਵੀ ਆਇਆ ਜਦੋਂ ਫਿਰੋਜ਼ ਖਾਨ ਅਤੇ ਮਨੋਹਰ ਦੀਪਕ ਹੋਣਾ ਨੇ ਆਗ ਫਿਲਮ ਅਤੇ ਮਮਤਾਜ਼ ਨੂੰ ਲੈ ਕੇ ਕੀਤੀ, ਉਹਦੇ ਵੀ ਕੁਛ ਸੀਨਸ ਜਿਹੜੇ ਹੈਗੇ ਨੇ, ਕੁਛ ਦਿਨ ਲਗਾਤਾਰ ਸਨਾਮ 'ਚ ਉਹ ਫਿਲਮ ਸ਼ੂਟ ਹੋਈ ਜੀ, ਅਤੇ ਉਹਨੂੰ ਸ਼ੂਟ ਹੁੰਦਿਆਂ ਦੇਖਿਆ, ਬੜਾ ਮੇਰਾ ਜੀ ਕਰੇ, ਪਰ ਮੈਂ ਹੈ ਛੋਟਾ ਸੀ, ਅਤੇ ਮੈਨੂੰ ਭਾਅ ਜੀ ਮੈਨੂੰ ਹੋਰ ਕਹਿਣ ਲੱਗੇ ਤੂੰ ਹਾਲੇ ਬੱਚਾ ਹੈ, ਵੱਡਾ ਹੋ ਜਾ ਫਿਰ ਤੈਨੂੰ ਲੈ ਲਾਂਗੇ ਫਿਲਮਾਂ 'ਚ, ਹੈ ਅਤੇ ਮੈਨੂੰ ਉਹਨਾਂ ਦੇ ਸ਼ਬਦ ਹੁਣ ਵੀ ਯਾਦ ਨੇ। ਸੋ ਉਹ ਜਿਹੜਾ ਇੱਕ ਨਾ ਫਿਲਮਾਂ ਦੇ ਨਾਲ ਜੁੜਨਾ ਜੀ, ਅਤੇ ਇੱਕ ਸ਼ੌਕ ਪੈਦਾ ਹੋਣਾ, ਫਿਲਮਾਂ ਦੇਖਣੀਆਂ ਵੀ ਬਹੁਤ, ਮਤਲਬ ਕਿ ਉਹਨਾਂ ਸਮੇਂ ਦੇ ਵਿੱਚ ਮੈਂ ਦਾਰਾ ਸਿੰਘ ਦਾ ਬਹੁਤ ਵੱਡਾ ਫੈਨ ਰਿਹਾ ਜੀ, ਹੈ ਅਤੇ ਉਦੋਂ ਉਹ ਅੱਛਾ ਲੱਗਦਾ ਸੀ, ਉਹਨਾਂ ਦਾ ਕੰਮ ਅੱਛਾ ਲੱਗਦਾ ਸੀ, ਅਤੇ ਇੱਕ ਉਹ ਪੰਜਾਬੀ ਸੀ, ਇੱਕ ਉਹਨਾਂ ਦਾ ਜਿਹੜਾ ਫਿਲਮ ਬਣਾਉਣ ਦਾ ਟੈਕਨੀਕ ਸੀ ਉਹ ਬੜੀ ਕਮਾਲ ਦੀ ਸੀ ਜੀ। ਸੋ ਫਿਰ 81 ਦੇ ਵਿੱਚ ਮੈਂ ਪੜਦੇ ਦੇ ਨਾਲ ਜੁੜਿਆ ਜੀ, 81 ਦੇ ਵਿੱਚ ਸਭ ਤੋਂ ਪਹਿਲਾਂ ਪੁੱਤ ਜੱਟਾਂ ਦੇ ਫਿਲਮ, ਜਿਹਦਾ ਇੱਕ ਬਹੁਤ ਮਕਬੂਲ ਗੀਤ ਹੈ ਪੁੱਤ ਜੱਟਾਂ ਦੇ ਬੁਲਾਉਂਦੇ ਬੱਕਰੇ, ਬਿਲਕੁਲ, ਛਿੰਦਾ ਭਾਅ ਜੀ ਨੇ ਗਾਇਆ, ਹੁਜਾ ਸਾਹਿਬ ਦਾ ਉਹਦਾ ਸੰਗੀਤਬੱਧ ਕੀਤਾ, ਅਤੇ ਉਸ ਫਿਲਮ ਦੇ ਵਿੱਚ ਕੋਰੀਓਗ੍ਰਾਫੀ ਜਿਹੜੀ ਭੰਗੜੇ ਦੀ ਹੈ ਉਹ ਮੇਰੀ ਹੈ। ਕਿਆ ਬਾਤ ਹੈ! ਅਤੇ ਮੈਨੂੰ ਉਸ ਟਾਈਮ ਦੇ ਉੱਤੇ ਸੋਹਣ ਲਾਲ ਖੰਨਾ ਜੋ ਆਪ ਬਹੁਤ ਵੱਡਾ ਕਿਸੇ ਟਾਈਮ, ਮਤਲਬ ਇਹ ਖੁੰਡਾ 81 ਤੋਂ ਖੜਕਦਾ ਆ ਰਿਹਾ ਜੀ। ਹਾਂ ਜੀ ਹਾਂ, ਇਹ ਤਾਂ ਉਹ ਤੋਂ ਪਹਿਲਾਂ ਖੜਕਦਾ ਆ ਰਿਹਾ ਫਿਲਮਾਂ 'ਚ 81 ਤੋਂ ਖੜਕਦਾ, ਅਤੇ ਉਸ ਟਾਈਮ ਦੇ ਉੱਤੇ ਉਹਨਾਂ ਨੇ ਵੀ ਮੈਨੂੰ ਕਿਹਾ, ਕਿਉਂਕਿ ਉਹ ਕਾਫੀ ਵੱਡੀ ਅਵਸਥਾ 'ਚ ਹੋ ਗਏ ਸੀ ਉਦੋਂ ਜੀ, ਕਿ ਯਾਰ ਤੂੰ ਮੇਰੇ ਨਾਲ ਚੱਲ ਬੰਬੇ, ਮੇਰਾ ਅਸਿਸਟੈਂਟ ਬਣ, ਤੂੰ ਬਹੁਤ ਵਧੀਆ ਕੰਮ ਕਰਨ ਜਾਣਦਾ, ਤੈਨੂੰ ਪਤਾ ਹੈ ਸਾਰਾ ਕੁਛ, ਤਾਂ ਪਰ ਮੈਂ ਉਹਨਾਂ ਨੂੰ ਕਿਹਾ ਨਹੀਂ ਮੈਂ ਤਾਂ ਜੀ ਲੋਅ ਕਰ ਰਿਹਾ, ਮੈਂ ਉਦੋਂ ਮੇਰਾ ਲਾਸਟ ਈਅਰ ਸੀ ਜੀ, ਕਿ ਮੇਰੇ ਮਤਲਬ ਕਿ ਅਕੀਦੇ ਹੋਰ ਸਨ ਉਦੋਂ, ਇਹ ਹੈ ਹੀ ਨਹੀਂ ਸੀ ਵੀ ਮੈਂ ਇਸ ਪਾਸੇ ਨੂੰ ਆਊਂਗਾ, ਉਸ ਅਕੀਦਿਆਂ ਨੂੰ ਲੈ ਕੇ ਫਿਰ ਮੈਨੂੰ ਇਹ ਲੱਗਿਆ ਕਿ ਵੀ ਯਾਰ ਨਹੀਂ ਇੱਧਰ ਨਹੀਂ ਜਾਣਾ। ਅਤੇ ਅੱਜ ਕੱਲ੍ਹ ਬਹੁਤ ਡਿਬੇਟਾਂ ਚੱਲ ਰਹੀਆਂ ਨੇ, ਇਹ ਬੜਾ ਸੰਜੀਦਾ ਸਵਾਲ ਆ, ਤੁਸੀਂ ਹੁਣ ਤੱਕ ਇਹ ਵਿਰਾਸਤ ਸਾਂਭ ਕੇ ਰੱਖੀ, ਪਹਿਲਾ ਸਵਾਲ ਤਾਂ ਇਹ ਹੈ ਕਿ ਤੁਸੀਂ, ਤੁਹਾਨੂੰ ਲੱਗਦਾ ਵੀ ਜਿਹੜੀ ਸਾਡੀ ਵਰਗੀ ਪੀੜ੍ਹੀ ਆ, ਤੁਹਾਨੂੰ ਲੱਗਦਾ ਵੀ ਅਸੀਂ ਕਾਬਲੀਅਤ ਰੱਖਦੇ ਹਾਂ ਵੀ ਇਸ ਵਿਰਸੇ ਨੂੰ ਅਸੀਂ ਸੰਭਾਲ ਲਾਂਗੇ ਜਿੱਦਾਂ ਤੁਸੀਂ ਸੰਭਾਲਿਆ? ਦੂਜਾ ਸਵਾਲ, ਸੱਭਿਆਚਾਰ ਦੇ ਨਾਂ 'ਤੇ ਬੜਾ ਸਿੰਗਰਾਂ ਨੂੰ ਅੱਜ ਕੱਲ੍ਹ ਭੰਡਿਆ ਜਾਂਦਾ ਕਿ ਖਰਾਬ ਕਰਤਾ, ਇਹ ਕਰਤਾ, ਤੁਸੀਂ ਕੀ ਸੋਚਦੇ ਇਹਦੇ ਬਾਰੇ? ਦੇਖੋ ਸੱਭਿਆਚਾਰ ਜਿਹੜਾ ਸਾਡੇ ਪੰਜਾਬ ਦਾ ਜੀ, ਪਹਿਲੀ ਵੱਡੀ ਗੱਲ ਤਾਂ ਉਹ ਕਦੇ ਵੀ ਡਾਇੰਗ ਫੋਰਮ 'ਚ ਨਹੀਂ ਹੋਣਾ ਜੀ। ਕਿਉਂ ਨਹੀਂ ਹੋਣਾ? ਕਿਉਂਕਿ ਕੁਛ ਸੰਸਕਾਰ ਸਾਨੂੰ ਜੀਨਸ ਦੇ ਵਿੱਚ ਮਿਲਦੇ ਨੇ, ਬਿਲਕੁਲ, ਅਸੀਂ ਬੈਟਰਨ ਆਪਦੀ ਅਗਲੀ ਪੀੜ੍ਹੀ ਨੂੰ ਫੜਾਉਂਦੇ ਹਾਂ, ਅਸੀਂ ਵੀ ਕਿਸ ਤੋਂ ਫੜਿਆ ਸੀ, ਡੈਫੀਨੇਟਲੀ। ਉਹ ਸੋਚਣ ਵਾਲੀ ਗੱਲ ਇਹੀ ਹੈ ਕਿ ਜਿਹੜਾ ਫੜਾ ਰਿਹਾ ਉਹ ਕਿਸ ਮਨੋਂ ਫੜਾ ਰਿਹਾ ਅਤੇ ਕਿਹੋ ਜਿਹਾ ਫੜਾ ਰਿਹਾ, ਡੈਫੀਨੇਟਲੀ ਸਹੀ ਹੈ, ਰੇਲੇ ਰੇਸ ਹੈ, ਬਿਲਕੁਲ। ਸੋ ਮੇਰੀ ਕੋਸ਼ਿਸ਼ ਇਹੀ ਹੁੰਦੀ ਅੱਜ ਦੇ ਯੰਗਸਟਰਾਂ ਨੂੰ, ਜਿਹੜੇ ਸਾਡੇ ਕਲਾਕਾਰ ਨੇ, ਗਾਇਕ ਨੇ, ਜਾਂ ਐਕਟਰ ਨੇ, ਜਾਂ ਕੁਛ ਵੀ ਨੇ, ਅਤੇ ਉਹਨਾਂ ਨੂੰ ਮੇਰੀ ਕੋਸ਼ਿਸ਼ ਹੁੰਦੀ ਹੈ ਇਹੀ ਗੱਲ ਕਹਿਣ ਦੀ ਕਿ ਆਪਦੀ ਮਨ ਮਰਜ਼ੀ ਕਰੋ, ਪਰ 10-20% ਆਪਦੀ ਮਾਂ ਬੋਲੀ ਲਈ, ਆਪਦੇ ਕਲਚਰ ਲਈ ਉਹ ਵੀ ਜ਼ਰੂਰ ਯੋਗਦਾਨ ਪਾਓ, ਪੈਸੇ ਕਮਾਓ, ਅਸੀਂ ਪੈਸੇ ਤੁਹਾਡੇ ਕਮਾਉਣ ਦੇ, ਤੁਹਾਡੀ ਸ਼ੋਹਰਤ ਦੇ ਬਿਲਕੁਲ ਖਿਲਾਫ ਨਹੀਂ, ਨਾ ਹੀ ਕੋਈ ਖਿਲਾਫੀਤ ਕਰਾਂਗੇ, ਕਿਉਂਕਿ ਇੱਥੇ ਫਰੀਡਮ ਆਫ ਐਕਸਪ੍ਰੈਸ਼ਨ ਹਰ ਬੰਦੇ ਨੂੰ ਹੈ ਆਪਦੀ ਗੱਲ ਕਹਿਣ ਦਾ, ਡੈਫੀਨੇਟਲੀ। ਹੈਂ, ਸੋ ਉਹਦੇ 'ਚ ਛੋਟੇ ਵੀਰ ਕੀ ਹੁੰਦਾ ਹੈ ਕਿ ਪਰ ਅਸੀਂ ਮਹਿਜ ਪੈਸਿਆਂ ਲਈ
ਆਪਦੇ ਕਿਰਦਾਰ ਤਾਂ ਨਾ ਵੇਚੀਏ। ਕਿਆ ਬਾਤ ਹੈ, ਕਿਆ ਬਾਤ ਹੈ, ਬਿਲਕੁਲ ਡੈਫੀਨੇਟਲੀ। ਅਤੇ ਪੰਮੀ ਬਾਈ ਨੇ ਆਪਦੀ ਜ਼ਮੀਰ ਨਹੀਂ ਵੇਚੀ ਪੈਸਿਆਂ ਪਿੱਛੇ। ਕਿਆ ਬਾਤ, ਬਸ ਇੰਨਾ ਕੀ ਫਰਕ ਹੈ। ਸਹੀ ਹੈ ਜੀ। ਅੱਛਾ, ਆ ਭੰਗੜੇ ਦੀ ਮੈਂ ਗੱਲ ਕਰਾਂ, ਅੱਜ ਕੱਲ੍ਹ ਭੰਗੜਾ ਵੀ ਚੇਂਜ ਹੋ ਗਿਆ। ਅੱਜ ਕੱਲ੍ਹ ਲਿਰਿਕਲ ਭੰਗੜਾ ਨੌਜਵਾਨੀ ਕਰਨਾ ਜ਼ਿਆਦਾ ਪਸੰਦ ਕਰਦੀ ਹੈ, ਸਾਜ਼ਾਂ ਤੋਂ ਥੋੜ੍ਹੀ ਜਿਹੀ ਦੂਰ ਨਜ਼ਰ ਆਉਂਦੀ ਹੈ। ਸਾਜ਼ ਤਾਂ ਮੈਨੂੰ ਸਿਰਫ ਸਕੂਲਾਂ ਕਾਲਜਾਂ ਦੇ ਯੂਥ ਫੈਸਟੀਵਲ 'ਚ ਹੀ ਮਿਲਦੇ ਨੇ, ਇਹਨੂੰ ਤੁਸੀਂ ਕਿਵੇਂ ਦੇਖਦੇ? ਦੇਖੋ, ਲੋਕ ਨਾਚ ਸਪੈਸ਼ਲੀ ਭੰਗੜਾ ਮੇਰੀ ਜਿੰਦ ਜਾਨ ਹੈ ਜੀ। ਮੈਂ ਜ਼ਿਕਰ ਕੀਤਾ ਆਪਦੇ ਸਵਰਗੀ ਉਸਤਾਦ ਪੰਨਾ ਰਾਮ ਦਾ, ਮੈਂ ਜ਼ਿਕਰ ਕੀਤਾ ਆਪਦੇ ਸਵਰਗੀ ਆਈਕਨਸ ਭਾਜੀ ਮਨੋਹਰ ਦੀਪ ਕੋਣਾ ਦਾ ਜੀ, ਆਪਦੇ ਉਹਨਾਂ ਟੀਚਰਾਂ ਦਾ ਜਿਨ੍ਹਾਂ ਨੇ ਉਸ ਟਾਈਮ ਦੇ ਉੱਤੇ ਸਾਡੇ ਡੰਡੇ ਲਾ ਲਾ ਕੇ ਸਾਨੂੰ ਰਿਦਮ 'ਚ ਲਿਆਂਦਾ। ਅਤੇ ਮੈਂ ਆਪਦਾ ਆਗਾਜ਼ ਜਦੋਂ ਸਕੂਲ ਦੇ ਵਿੱਚ ਸੀ, ਸਾਡੀ ਜੂਨੀਅਰ ਟੀਮ ਸੀ, ਸੀਨੀਅਰ ਟੀਮ ਨੂੰ ਢੋਲ ਮਿਲਦਾ ਸੀ ਜੀ, ਸਾਨੂੰ ਵਿਸਲ 'ਤੇ ਸਿਖਾਇਆ ਜਾਂਦਾ ਸੀ ਭੰਗੜਾ। ਕਿਆ ਬਾਤ ਹੈ। ਸੋ ਆਈ ਸਟਾਰਟ ਜਿਹੜਾ ਭੰਗੜੇ ਦਾ ਸ਼ੁਰੂ ਮੈਂ ਆਪਦੀ ਵਿਸਲ ਤੋਂ ਕੀਤਾ, ਇਸੇ ਕਰਕੇ ਮੇਰੇ ਅੰਦਰ ਰਿਦਮ ਕੁੱਟ ਕੁੱਟ ਕੇ ਭਰਿਆ ਹੋਇਆ ਕਿ ਜਿਹੜੇ ਵਿਸਲ 'ਤੇ ਨੱਚ ਸਕਦੇ ਨੇ ਢੋਲ ਫਿਰ ਕੇ। ਅਤੇ ਫਿਰ ਜਦੋਂ ਸਾਨੂੰ ਢੋਲ ਮਿਲਿਆ 8ਵੀਂ 'ਚ ਜਾ ਕੇ ਜੀ, ਫਿਰ ਤਾਂ ਅਸੀਂ ਬੱਲੇ ਬੱਲੇ ਕਰਾਤੀ। ਕਿਆ ਬਾਤ ਹੈ। ਸੋ ਕਹਾਣੀ ਇਹ ਹੈਗੀ ਹੈ ਕਿ ਜਿਹੜਾ ਲੋਕ ਨਾਚ ਹੈ ਨਾ ਜੀ, ਇਹ ਲੋਕਾਂ ਦਾ ਨਾਚ ਹੈ। ਸਟੇਜਾਂ ਦੇ ਉੱਤੇ ਤਾਂ ਕਿ ਅਸੀਂ ਇਹਦਾ ਮੂੰਹ ਮਹਾਂਦਰਾ ਵਿਗਾੜਿਆ ਹੀ ਹੈ, ਸਮਾਰਿਆ ਕੁਛ ਨਹੀਂ ਜੀ, ਪਰ ਉਹਦੇ ਨਾਲ ਨਾਲ ਮੈਂ ਯੂਨੀਵਰਸਿਟੀਆਂ ਕਾਲਜਾਂ ਨੂੰ ਇਸ ਗੱਲ ਦੀ ਵਧਾਈ ਵੀ ਦਿੰਦਾ ਵੀ ਘੱਟੋ ਘੱਟ ਉਹਨਾਂ ਨੇ ਇਸ ਦੇ ਨਾਂ ਨੂੰ ਤਾਂ ਸਾਂਭਿਆ। ਹਾਂ ਬਿਲਕੁਲ, ਜੇ ਇਹਦੀ ਰੂਪ ਰੇਖਾ ਨੂੰ ਨਹੀਂ ਸਾਂਭਿਆ ਤਾਂ ਇਹਦੇ ਨਾਂ ਨੂੰ ਸਾਂਭਿਆ, ਨਾਂ ਨੂੰ ਸਾਂਭਿਆ। ਪਰ ਅਸੀਂ ਕੁਛ ਥੋੜ੍ਹੀਆਂ ਮੋਟੀਆਂ ਰੂਪ ਰੇਖਾਵਾਂ ਠੀਕ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ, ਮੇਰੇ ਵਰਗੇ ਮੇਰੇ ਦੋਸਤ ਜਿਨ੍ਹਾਂ 'ਚ ਸਾਡੇ ਸੀਨੀਅਰ ਮਾਸਟਰ ਭਜਨ ਹੋਣੀ ਬਾਈ, ਸਾਡੇ ਇੰਦਰਜੀਤ ਪ੍ਰੋਫੈਸਰ ਹੋਣੀ, ਅਤੇ ਹੋਰ ਪੁਰਾਣੇ ਸਾਡੇ ਭੰਗੜ 'ਚ ਜਸਵੀਰ ਪੰਨੂ ਹੋਣੀ, ਆਪਣੇ ਬਾਈ ਗਿੱਲ ਹੋਣੀ, ਅਤੇ ਉਸ ਤਰ੍ਹਾਂ ਦੀਆਂ ਸ਼ਖਸੀਅਤਾਂ ਜੀ ਜਿਹੜੀਆਂ ਪੁਰਾਣੀਆਂ ਭੰਗੜੇ ਦੇ ਨਾਲ ਜੁੜੀਆਂ ਹੋਈਆਂ ਨੇ ਜੀ, ਉਹ ਅਸੀਂ ਰਲ ਕੇ ਕੁਛ ਯੂਨੀਵਰਸਿਟੀਆਂ ਨੂੰ ਗਾਈਡਲਾਈਨਸ ਵੀ ਬਣਾ ਕੇ ਦਿੱਤੀਆਂ ਜੀ, ਉਹ ਕਾਫੀ ਯੂਨੀਵਰਸਿਟੀਆਂ ਨੇ ਅਡੋਪਟ ਵੀ ਕੀਤੀਆਂ ਕਿ ਜੀ ਇਸ ਤਰ੍ਹਾਂ ਜਿਹੜਾ ਹੈਗਾ ਭੰਗੜਾ ਹੋਣਾ ਚਾਹੀਦਾ ਹੈ। ਕਿਉਂਕਿ ਬਦਕਿਸਮਤੀ ਸਾਡੀ ਇਹ ਹੋ ਗਈ ਹੈ ਕਿ ਅਸੀਂ ਭੰਗੜੇ ਨੂੰ ਜਿਮਨਾਸਟਿਕ ਬਣਾਤਾ। ਹਾਂ ਬਿਲਕੁਲ ਡੈਫੀਨੇਟਲੀ, ਅਸੀਂ ਭੰਗੜੇ ਨੂੰ ਹੁਣ ਫਿਟਨੈਸ ਲਈ, ਫਿਟਨੈਸ ਸੈਂਟਰਾਂ 'ਚ ਯੂਜ਼ ਕੀਤਾ। ਮੈਂ ਕਹਿੰਦਾ ਅਸੀਂ ਭੰਗੜੇ ਨੂੰ ਮਹਿਜ਼ ਉਹਦੇ 'ਚੋਂ ਜਿਹੜੀ ਉਹਦੀ ਨਫਾਸਤ ਸੀ, ਨਫਾਸਤ ਅਸੀਂ ਪਰਾਂ ਕੱਢਤੀ, ਬਿਲਕੁਲ ਅਸੀਂ ਸਿਰਫ ਉਹਨੂੰ ਜਿਮਨੇਜ਼ੀਅਮ ਤੌਰ ਦੇ ਉੱਤੇ ਵਰਤਣ ਲੱਗ ਗਏ ਵੀ ਐਕਟੀਵਿਟੀ ਹੋ ਰਹੀ ਹੈ। ਹਾਂ ਵੀ ਖੜਾ ਬੰਦਾ ਐਂ ਕਰੀ ਜਾ ਰਿਹਾ, ਇੱਧਰ ਐਂ ਕਰੀ ਜਾ ਰਿਹਾ, ਕਿਉਂਕਿ ਜਿੰਨੇ ਮੈਂ ਜਦੋਂ ਆਪਦੀ ਲਾਈਵ ਸਟੇਜ ਦੇ ਉੱਤੇ ਲਾਈਵ ਢੋਲ ਵਜਾ ਕੇ ਲਾਈਵ ਗਾ ਕੇ ਜਿਹੜਾ ਭੰਗੜਾ ਗਿੱਧਾ ਜਾਂ ਮਲਵਈ ਗਿੱਧਾ ਜਾਂ ਝੂਮਰ ਜਿਨ੍ਹਾਂ ਦੀ ਮੈਂ ਪੇਸ਼ਕਾਰੀ ਕਰਦਾ ਸੀ, ਉਹ ਸਿਰਫ ਇਸ ਲਈ ਕਰਦਾ ਸੀ ਕਿ ਇਹ ਨੌਜਵਾਨ ਇੱਕ ਤਾਂ ਰੋਟੀ ਰੋਜੀ ਜੋਗੇ ਹੋਣ, ਮੈਂ ਉਹਨਾਂ ਨੂੰ ਪੈਸੇ ਦਿੰਦਾ ਸੀ, ਅਤੇ ਦੂਜਾ ਲੋਕ ਸਾਡੀ ਵਿਰਾਸਤ ਦੇ ਨਾਲ ਜੁੜਨ, ਉਹਨਾਂ ਨੂੰ ਪਤਾ ਲੱਗੇ ਕਿ ਆਹ ਭੰਗੜਾ ਹੈ, ਆਹ ਭੰਗੜਾ। ਅਤੇ ਮੈਨੂੰ ਤਾਂ ਇਸ ਗੱਲ 'ਤੇ ਵੀ ਬੜਾ ਅਫਸੋਸ ਹੈ ਕਿ ਸਾਡੀਆਂ ਸ਼ੁਰੂਆਤੀ ਜਿਹੜੀਆਂ ਫਿਲਮਾਂ ਸਨ ਜੀ ਦੇਸ਼ ਦੀ ਵੰਡ ਤੋਂ ਪਹਿਲਾਂ ਤੋਂ ਲੈ ਕੇ 90 ਤੱਕ ਜੀ, ਉਹਨਾਂ ਫਿਲਮਾਂ 'ਚ ਆਲਮੋਸਟ ਇੱਕ ਗਾਣਾ ਭੰਗੜਾ ਰੂਪੀ ਗਾਣਾ ਹੁੰਦਾ ਸੀ, ਹੁੰਦਾ ਸੀ ਡੈਫੀਨੇਟਲੀ। ਪਰ ਹੌਲੀ ਹੌਲੀ ਖਰਾਬ ਹੋਣਾ ਇਸ ਕਰਕੇ ਸ਼ੁਰੂ ਹੋ ਗਿਆ ਕਿ ਉਹਦੇ 'ਚੋਂ ਢੋਲ ਡਿਲੀਟ ਕਰ ਦਿੱਤਾ ਗਿਆ, ਬੀਟਸ ਰਹਿ ਗਈਆਂ, ਅਤੇ ਸਿਰਫ ਬੀਟ ਮਹਿਜ਼ ਉੱਥੇ ਜਿਹੀ ਜਿਹੀਆਂ ਬਣ ਗਈਆਂ, ਉਹ ਜਿਹੇ ਕੋਰੋਗ੍ਰਾਫਰਾਂ ਨੇ ਕੋਰੋਗ੍ਰਾਫ ਕਰਨਾ ਸ਼ੁਰੂ ਕਰਤਾ ਡੈਫੀਨੇਟਲੀ। ਜਿਨ੍ਹਾਂ ਫਿਲਮਾਂ 'ਚ ਸਮੁੱਚਾ ਭੰਗੜਾ ਪਿਆ, ਚਾਹੇ ਉਹ ਲੌਂਗ ਦਾ ਲਿਸ਼ਕਾਰ ਹੈ, ਚਾਹੇ ਉਹ ਚੰਨ ਪਰਦੇਸੀ ਹੈ, ਜਾਂ ਹੋਰ ਕਈ ਫਿਲਮਾਂ ਨੇ ਜਿਨ੍ਹਾਂ 'ਚ ਸਮੁੱਚਾ ਭੰਗੜਾ ਪਿਆ, ਤਾਂ ਉਹ ਫਿਲਮਾਂ ਲੋਕਾਂ ਨੇ ਚੱਕੀਆਂ। ਬਿਲਕੁਲ, ਨਿਆਂ ਦੌਰ ਫਿਲਮ ਦਾ ਹਿੱਟ ਹੋਣ ਦਾ ਕਾਰਨ ਹੀ ਭੰਗੜਾ ਸੀ, ਭੰਗੜਾ ਸੀ ਡੈਫੀਨੇਟਲੀ। ਜਾਗਤੇ ਰਹੋ ਹਿੰਦੀ ਦੀ ਪਹਿਲੀ ਫਿਲਮ ਸੀ ਜਿਸ ਦੇ ਵਿੱਚ ਮਤਲਬ ਕਿ ਭਾਜੀ ਮਨੋਹਰ ਉਹਨਾਂ ਨੇ ਪਰਫੋਰਮ ਕੀਤਾ ਰਾਜ ਕਪੂਰ ਦੇ ਨਾਲ, ਅਤੇ ਉਹਦੇ 'ਚ ਬਾਕੀ ਉਹ ਗਾਣੇ ਦੇ ਉੱਤੇ ਭੰਗੜਾ ਪਿਆ, ਬਿਲਕੁਲ ਉਹ ਭੰਗੜਾ ਦੇਖਣ ਵਾਲਾ ਹੈ। ਉਹਦੇ 'ਚ ਮਨੋਹਰ ਦੀਪ ਭਾਜੀ ਉਹਨਾਂ ਦੇ ਐਕਸਪ੍ਰੈਸ਼ਨ, ਉਹਨਾਂ ਦੇ ਜੈਸਚਰਸ, ਉਹਨਾਂ ਦੀ ਮੂਵਮੈਂਟਸ, ਉਹਨਾਂ ਦੀ ਕਹਿੰਦੇ ਨੇ ਜਿਹੜਾ ਮੈਂ ਕਹਾਂ ਗਰੇਸ, ਬਿਲਕੁਲ ਉਹ ਇਹ ਚੀਜ਼ਾਂ ਸਾਡੀ ਅੱਜ ਦੇ ਭੰਗੜੇ 'ਚ ਗੁੰਮ ਹੋਈਆਂ ਨੇ ਕਿ ਅਸੀਂ ਭਜਾ ਲਿਆ ਭੰਗੜਾ, ਅਸੀਂ ਤੇਜ਼ ਕਰ ਲਿਆ, ਅਸੀਂ ਉਸ ਤਰ੍ਹਾਂ ਦਾ ਭੰਗੜਾ ਬਣਾ ਲਿਆ ਜਿਵੇਂ ਪਪਟ ਕਿਸੇ ਨੂੰ ਚਾਬੀ ਦੇ ਕੇ ਛੱਡਦੀ ਹੈ ਨਾ, ਗੁੜ 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 ਇੱਕੋ ਸਪੀਡ 'ਚ ਕਰਦੇ ਨੇ, ਅਤੇ ਅਸੀਂ ਉਸ ਤਰ੍ਹਾਂ ਦਾ ਭੰਗੜਾ ਬਣਾ ਲਿਆ, ਅਸੀਂ ਭੰਗੜੇ ਦੀ ਪੇਸ ਨੂੰ ਖਤਮ ਕਰਤਾ ਜੀ। ਭੰਗੜਾ ਕਿਤੇ ਨਜ਼ਾਕਤ ਵੀ ਹੈ, ਕਿਤੇ ਸਲੋ ਵੀ ਹੈ, ਕਿਤੇ ਉਹਦੇ 'ਚ ਤੇਜ਼ੀ ਵੀ ਹੈ, ਅਤੇ ਜਦੋਂ ਲਾਸਟ ਆਉਂਦਾ ਉਹ ਇੰਨੀ ਕੁ ਹਾਈਪ ਕ੍ਰੀਏਟ ਹੁੰਦੀ ਹੈ, ਇੰਨਾ ਕੁ ਕਰਸੈਂਡੋ ਬਿਲਡਅਪ ਹੁੰਦਾ ਉਹਦੇ 'ਚ ਭੰਗੜੇ 'ਚ ਕਿ ਬੰਦਾ ਇਹ ਕਹਿੰਦਾ ਯਾਰ ਇਹ ਮੁੰਡੇ ਨੇ ਕੀ ਨੱਚ ਰਿਹਾ, ਕਿਆ ਬਾਤ ਹੈ। ਕਿਉਂਕਿ ਮੈਂ ਆਪਦੀ ਜ਼ਿੰਦਗੀ 'ਚ ਉਸ ਤਰ੍ਹਾਂ ਦਾ ਭੰਗੜਾ ਹੰਢਾਇਆ, ਅਤੇ ਮੈਂ ਸਿੱਖਿਆ ਵੀ ਉਹਨਾਂ ਬੰਦਿਆਂ ਤੋਂ ਹਾਂ
ਜਿਨ੍ਹਾਂ ਨੇ ਸਾਰੀਆਂ ਚੀਜ਼ਾਂ ਸਾਨੂੰ ਜ਼ਹਿਨੀ ਤੌਰ 'ਤੇ ਸਾਨੂੰ ਪਹਿਲਾਂ ਤਿਆਰ ਕੀਤਾ, ਫਿਰ ਸਾਨੂੰ ਉਸ ਤਰ੍ਹਾਂ ਪਿੜ 'ਚ ਲੈ ਕੇ ਗਏ, ਫਿਰ ਨੱਚੇ, ਫਿਰ ਮੈਂ ਵੀ ਬੜੇ ਮੁੰਡੇ ਨਚਾਏ, ਜਿੰਨੇ ਮੇਰੇ ਚੇਲੇ ਨੇ ਪੂਰੀ ਦੁਨੀਆ 'ਚ ਉਹ ਸਾਰੇ, ਉਹਨਾਂ ਨੂੰ ਪਤਾ ਹੈ ਕਿ ਭੰਗੜਾ ਕੀ ਹੈ, ਉਹਨਾਂ ਨੂੰ ਇਸ ਗੱਲ ਦਾ ਗਿਆਨ ਹੈ ਕਿ ਭੰਗੜੇ 'ਚ ਨਫਾਸਤ ਕਿਸ ਨੂੰ ਕਿਹਾ ਜਾਂਦਾ। ਅਤੇ ਆ ਪਿਛਲੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਆਲ ਇੰਡੀਆ ਦੀ ਸਾਰੀ ਯੂਨੀਵਰਸਿਟੀਆਂ 'ਚੋਂ ਨੰਬਰ 1 ਤੇ ਬੈਸਟ ਗੋਲਡ ਮੈਡਲਿਸਟ ਰਹੀ, ਉਹ ਮੇਰੇ ਸ਼ਾਗਿਰਦ ਨੇ ਤਿਆਰ ਕਰਾਈ। ਕਿਆ ਬਾਤ ਹੈ, ਕਿਆ ਬਾਤ ਹੈ। ਸੋ ਜਿਹੜਾ ਮਿੱਤ ਹੈ ਮੇਰੇ ਕੋਲ, 20 ਸਾਲ ਜੀ ਨੇ ਭੰਗੜਾ ਪਾਇਆ, ਸੋ ਉਹ ਕੋਚ ਬਣਿਆ ਯੂਨੀਵਰਸਿਟੀ 'ਚ, ਮੈਨੂੰ ਖੁਸ਼ੀ ਆ। ਸੋ ਇਸ ਕਿਸਮ ਦੇ ਜਦੋਂ ਕਲਾਕਾਰ ਆਉਣਗੇ ਤਾਂ ਨੈਚੁਰਲੀ ਸਾਡਾ ਭੰਗੜਾ ਬਚਿਆ ਰਹੂਗਾ। ਅਤੇ ਪੰਜਾਬੀ ਫਿਲਮਾਂ ਦੇ ਵਿੱਚ ਹੁਣ ਭੰਗੜਾ ਮਨਫੀ ਹੋ ਗਿਆ, ਉਹ ਕਰ ਦਿੱਤਾ ਮਨਫੀ ਇਸ ਕਰਕੇ ਕਿ ਜਿਹੜੇ ਡੀਜੇ ਵਾਲੇ ਮੁੰਡੇ ਕੁੜੀਆਂ, ਕਿਉਂਕਿ ਮੈਂ ਦੇਖਿਆ ਪੰਜਾਬੀ ਫਿਲਮ 'ਚ ਡਾਂਸ ਤਾਂ ਹੁੰਦਾ ਪਰ ਭੰਗੜਾ ਨਹੀਂ ਰਿਹਾ। ਉਹ ਇਸੇ ਕਰਕੇ ਉਹ ਅਸੀਂ ਡੀਜੇ ਦੇ ਜ਼ਰੀਏ ਭੰਗੜੇ ਨੂੰ ਇੰਨਾ ਡਿਮੋਰਲਾਈਜ਼ ਕਰਤਾ, ਇੰਨਾ ਥੱਲੜੇ ਪੱਧਰ 'ਤੇ ਲਿਆ ਕਿ ਉਹਦੇ 'ਚ 3 ਘੰਟੇ ਬਸ ਸਿਰਫ ਐਂ ਖੜਕ ਹੀ ਐਂ ਕਰੀ ਜਾਂਦੇ ਨੇ, ਕਦੇ ਲੱਤ ਇੱਧਰ ਚੱਕ ਲਈ, ਕਦੇ ਇੱਧਰ ਚੱਕ ਲਈ। ਅਤੇ ਉਹ ਜੋ ਭੰਗੜੇ ਦੀ ਗ੍ਰੇਸ ਜਾਂ ਜੋ ਭੰਗੜੇ ਕੰਪੋਜੀਸ਼ਨਸ ਹੈਗੀਆਂ ਨੇ ਉਸ ਤਰ੍ਹਾਂ ਦਾ ਕੁਛ ਨਹੀਂ। ਅਤੇ ਉਸ ਤਰ੍ਹਾਂ ਦਾ ਜਦੋਂ ਵੀ ਕਿਸੇ ਫਿਲਮ ਦੇ ਵਿੱਚ ਆਇਆ, ਹੁਣ ਅਸੀਂ ਦਾਰਾਂ ਦੇ ਵਿੱਚ ਮਲਵਈ ਗਿੱਧਾ ਪਵਾਇਆ, ਐਨ ਰੀਜਨਲ ਫੋਰਮ ਦੇ ਵਿੱਚ ਪਵਾਇਆ ਜੋ ਸਾਡੇ ਪਿੰਡਾਂ ਦੇ ਵਿਆਹਾਂ 'ਚ ਪੈਂਦਾ ਸੀ ਅੱਜ ਤੋਂ 60 ਸਾਲ ਪਹਿਲਾਂ, 50 ਸਾਲ ਪਹਿਲਾਂ। ਅਸੀਂ ਉਹਦੀ ਝਲਕ ਪੇਸ਼ ਕੀਤੀ ਅਤੇ ਉਹਨੂੰ ਹੁਣ ਤੱਕ 28 ਮਿਲੀਅਨ ਬੰਦਾ ਸਾਡੇ ਯੂਟਿਊਬ 'ਤੇ ਦੇਖ ਚੁੱਕੇ। ਕਿਆ ਬਾਤ ਹੈ ਜੀ, ਕਿਆ ਬਾਤ ਹੈ, 28 ਮਿਲੀਅਨ, ਕਿਆ ਬਾਤ ਹੈ। ਅਸੀਂ ਕੋਈ ਉਹਨੂੰ ਬੂਸਟ ਨਹੀਂ ਕੀਤਾ, 0 ਪੈਸਾ ਕਦੇ ਮੈਂ ਆਪਦੇ ਪ੍ਰਮੋਸ਼ਨ 'ਤੇ ਨਹੀਂ ਲਾਇਆ। ਸੋ ਕਹਾਣੀਆਂ ਮੇਰੀਆਂ ਹੁਣ ਜਿਹੜੀਆਂ ਲੇਟੈਸਟ ਬੋਲੀਆਂ ਆਈਆਂ ਨੇ ਮੇਰੀ ਨੱਚਦੀ ਦੀ ਫੋਟੋ ਖਿੱਚ ਮੁੰਡੇ, ਬਿਲਕੁਲ ਬਿਲਕੁਲ, ਮਤਲਬ ਕਿ ਅਫਸਾਨਾ ਖਾਨ ਨਾਲ, ਉਹ ਹਰ ਡੀਜੇ 'ਤੇ ਚੱਲ ਰਿਹਾ। ਉਹ ਕਿਉਂ ਕਿ ਲੋਕ ਵਿਰਾਸਤ ਹੈ, ਲੋਕਾਂ ਦੀ ਵਿਰਾਸਤ ਹੈ। ਅਤੇ ਲੋਕਾਂ ਦੀ ਵਿਰਾਸਤ ਮੈਂ ਲੋਕਾਂ ਵਾਂਗੂ ਗਾਈ ਹੈ ਅਤੇ ਇੱਕ ਪਿੰਡ 'ਚ ਜਾ ਕੇ ਮੈਂ ਸ਼ੂਟ ਕੀਤਾ। ਸੋ ਕਹਾਣੀ ਇਹ ਹੁੰਦੀ ਹੈ ਕਿ ਜਿਹੜਾ ਫੋਕ ਹੈਗਾ ਉਹ ਹਮੇਸ਼ਾ ਲੋਕਾਂ ਦਾ ਬਣ ਕੇ ਰਹੂਗਾ, ਡੈਫੀਨੇਟਲੀ। ਅਤੇ ਇਹ ਹਿੱਸੇ ਮੇਰੇ ਆਇਆ ਜੀ, ਬਿਲਕੁਲ। ਅਤੇ ਪੰਮੀ ਬਾਈ ਇਹਦੇ ਪ੍ਰਚਾਰ ਪ੍ਰਸਾਰ ਲਈ ਕੰਮ ਵੀ ਕਰ ਰਿਹਾ, ਨਿਰੰਤਰ ਕੰਮ ਕਰ ਰਿਹਾ, 25 ਸਾਲਾਂ ਤੋਂ ਕੰਮ ਕਰ ਰਿਹਾ ਮੈਂ, ਡੈਫੀਨੇਟਲੀ। ਅਤੇ ਪਰ ਮੇਰਾ ਸ਼ੌਕ ਹੈ, ਮੇਰਾ ਪੈਸ਼ਨ ਹੈ, ਅਤੇ ਮੈਂ ਇਸ ਪੈਸ਼ਨ ਦੇ ਜ਼ਰੀਏ ਆਪਦੀ ਰੋਟੀ ਰੋਜੀ ਵੀ ਚਲਾ ਰਿਹਾ ਜੀ। ਅਤੇ ਪਰ ਜ਼ਿਆਦਾ ਕੰਮ ਮੈਂ ਆਪਣੇ ਇਸ ਵਿਰਾਸਤ ਲਈ ਕਰ ਰਿਹਾ, ਆਪਦੀ ਮਾਂ ਬੋਲੀ ਲਈ ਕਰ ਰਿਹਾ, ਅਤੇ ਕਰਨਾ ਵੀ ਚਾਹੀਦਾ, ਹਰ ਇੱਕ ਬੰਦੇ ਨੂੰ ਕਰਨਾ ਚਾਹੀਦਾ। ਬਿਲਕੁਲ। ਇੱਕ ਹੋਰ ਸਵਾਲ, ਤੁਸੀਂ ਕਾਫੀ ਦੇਰ ਤੋਂ ਹੁਣੇ ਕੰਮ ਕਰ ਰਹੇ ਹੋ, ਐਜ਼ ਆ ਆਰਟਿਸਟ ਕੋਈ ਇੱਛਾ ਪੈਂਡਿੰਗ ਹੈਗੀ ਆ ਅਜੇ ਵੀ ਯਾਰ ਮੈਂ ਐਜ਼ ਆ ਆਰਟਿਸਟ ਆਹ ਚੀਜ਼ ਰਹਿ ਗਈ, ਆਹ ਜ਼ਿੰਦਗੀ 'ਚ ਮੈਂ ਇੱਕ ਵਾਰ ਕਰਨੇ ਉਹ ਕਰਨੇ, ਕੋਈ ਇਹੋ ਜਿਹੀ ਇੱਛਾ ਪੈਂਡਿੰਗ ਹੈ ਤੁਹਾਡੀ? ਗੁਰਨੇ ਛੋਟੇ ਵੀਰ, ਜਦੋਂ ਇੱਛਾਵਾਂ ਮਰ ਜਾਣ ਬੰਦਾ ਮਰ ਜਾਂਦਾ। ਕੀ ਬਾਤ ਹੈ। ਅਤੇ ਹਮੇਸ਼ਾ ਵਧੀਆ ਕਰਨ ਦੀ ਇੱਛਾ ਮੇਰੇ ਮਨ 'ਚ ਹੈ ਕਿ ਮੈਂ ਹੋਰ ਇਹ ਤੋਂ ਵਧੀਆ ਕੀ ਕਰ ਸਕਦਾ। ਪੰਮੀ ਬਾਈ ਦੀ ਇੱਛਾ ਇਹੀ ਰਹੀ ਹੈ ਕਿ ਮੈਂ ਜੇ ਫਿਲਮਾਂ ਬਣਾਵਾਂ ਹੋਰ ਵਧੀਆ ਬਣਾਵਾਂ, ਜੇ ਮੈਂ ਕਿਤੇ ਐਕਟ ਕਰਾਂ ਤਾਂ ਹੋਰ ਵਧੀਆ ਕਰਾਂ, ਜੇ ਮੈਂ ਗਾਵਾਂ ਇਹ ਤੋਂ ਵੀ ਵਧੀਆ ਗਾਵਾਂ, ਇਹ ਤੋਂ ਵੀ ਅੱਛਾ ਗਾਵਾਂ, ਅਤੇ ਜੇ ਮੈਂ ਲੋਕਾਂ ਲਈ ਕੰਮ ਕਰਾਂ ਤਾਂ ਹੋਰ ਵੱਡਾ ਕਰਾਂ, ਹੋਰ ਵਧੀਆ ਕਰਾਂ। ਇੱਕ ਜਾਂਦੇ ਜਾਂਦੇ ਇੱਕ ਹੋਰ ਸਵਾਲ ਦਾ ਜਵਾਬ ਦੇ ਜੋ, ਪੰਮੀ ਬਾਈ ਜੀ ਦੀ ਫਿਟਨੈਸ ਦਾ ਕੀ ਰਾਜ ਹੈ? ਕਿਉਂਕਿ ਮੈਂ ਜਦੋਂ ਤੋਂ ਤੁਹਾਨੂੰ ਦੇਖ ਰਿਹਾ, ਮੈਂ ਆਹੀ ਸਰੂਪ 'ਚ ਦੇਖ ਰਿਹਾ, ਮੈਂ ਕੋਈ ਚੇਂਜ ਨਹੀਂ ਕਦੇ ਦੇਖਿਆ। ਦੇਖੋ ਇਹਦੇ 'ਚ ਛੋਟੇ ਵੀਰ, ਇੱਕ ਗੱਲ ਮੈਂ ਸਾਰੇ ਦੋਸਤਾਂ ਨੂੰ ਦੱਸਣਾ ਚਾਹੁੰਦਾ ਵੀ ਭਰਾਵੋ, ਮੇਰਾ ਜ਼ਿੰਦਗੀ ਦਾ ਸਭ ਤੋਂ ਵਧੀਆ ਮਿੱਤਰ ਜੀ, ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਮਿੱਤਰ ਮੇਰਾ ਆਪਦਾ ਸਰੀਰ ਹੈ। ਕਿਆ ਬਾਤ ਹੈ, ਕਿਆ ਬਾਤ। ਅਤੇ ਮੈਂ ਇਸ ਮਿੱਤਰ ਨੂੰ ਨਿਰੰਤਰ ਰੋਜ਼ਾਨਾ 1 ਤੋਂ 1.5 ਘੰਟਾ ਦਿੰਦੇ ਦਿੰਦਾ। ਕਿਆ ਬਾਤ ਹੈ। ਅਤੇ ਉਹ ਮੇਰਾ ਮਿੱਤਰ ਫਿਰ ਮੈਨੂੰ ਟਾਈਮ ਦਿੰਦਾ। ਹਾਂ, ਡੈਫੀਨਿਟਲੀ ਸਹੀ। ਸੋ ਇਹ ਗਿਵ ਐਂਡ ਟੇਕ ਵਾਲੀ ਕਹਾਣੀ ਹੈ। ਅਤੇ ਦੂਜਾ ਮੇਰੀ ਫਿਟਨੈਸ ਦਾ ਰਾਜ, ਮੈਂ ਬਹੁਤ ਸਾਦਾ ਭੋਜਨ ਖਾਂਦਾ ਜੀ, ਅਤੇ ਕੁਦਰਤੀ ਭੋਜਨ ਖਾਂਦਾ ਜੋ ਕੁਦਰਤ ਨੇ ਬਣਾਇਆ। ਮੇਰੇ ਦੋਸਤ ਨੇ ਡਾਕਟਰ ਵਿਸ਼ਵ ਰੂਪ ਰਾਏ ਚੌਧਰੀ, ਬੰਗਾਲੀ ਨੇ, ਅਮੈਰੀਕਾ 'ਚ ਪੜ੍ਹੇ ਨੇ, ਮੇਰਾ ਬਹੁਤ ਅੱਛੇ ਦੋਸਤ ਨੇ, ਅਤੇ ਉਹਨਾਂ ਨੇ ਦੱਸਿਆ ਕਿ ਲਿਵ ਲਾਈਫ ਵਿਦਾਊਟ ਮੈਡੀਸਨ। ਕਿਆ ਬਾਤ ਹੈ। ਅਤੇ ਮੈਂ ਇਹ ਵੀ ਦੱਸਣਾ ਚਾਹੁੰਦਾ ਕਿ ਮੈਂ ਕੋਈ ਕਿਸੇ ਕਿਸਮ ਦੀ ਦਵਾਈ, ਕੋਈ ਕਿਸੇ ਕਿਸਮ ਦਾ ਡਰੱਗ, ਨਸ਼ਾ, ਇੰਟੋਕਸੀਕੇਸ਼ਨ ਕੱਖ ਨਹੀਂ ਲੈਂਦਾ। ਨਾਮ ਕੁਮਾਰੀ ਨਾਨਕਾ ਚੜ੍ਹੀ ਰਹੇ ਦਿਨ ਰਾਤ। ਕਿਆ ਬਾਤ ਹੈ। ਅਤੇ ਇਸ ਕਰਕੇ ਭਰਾਵੋ 3D ਤੋਂ ਮੈਂ ਬਚਿਆ ਹੋਇਆ। ਹਾਂਜੀ। ਅਤੇ 3D ਤੋਂ ਹਰੇਕ ਨੂੰ ਬਚਣਾ ਚਾਹੀਦਾ। ਕਿਹੜੇ ਕਿਹੜੇ? ਹਾਂਜੀ,
ਡੀ ਫੋਰ ਡਾਕਟਰ ਜੀ, ਹਾਂ ਡੈਫੀਨੇਟਲੀ, ਡੀ ਫੋਰ ਡਾਇਗਨੋਸਟਿਕ ਡਾਇਗਨੋਸ ਕਰਾਉਣ ਜਾਂਦੇ ਹੋ ਤੁਸੀਂ, ਡੈਫੀਨੇਟਲੀ, ਤੇ ਡੀ ਫੋਰ ਡੋਜ਼ ਡੋਜ਼, ਕੀ ਬਾਤ ਹੈ। ਸੋ ਇਸ ਕਰਕੇ ਜਿਹੜਾ ਹੈਗਾ ਥ੍ਰੀ ਡੀ ਤੋਂ ਬਚੋ, ਅਤੇ ਉਹਦੇ ਲਈ ਜਿਹੜਾ ਹੈਗਾ ਕੁਦਰਤੀ ਭੋਜਨ, ਫਰੂਟਸ ਖਾਓ, ਵੈਜੀਟੇਬਲਸ, ਗ੍ਰੀਨ ਵੈਜੀਟੇਬਲਸ ਖਾਓ, ਨਟਸ ਖਾਓ, ਅਤੇ ਇਹੀ ਇੱਕ ਅੱਛੀ ਸਿਹਤ, ਇੱਕ ਅੱਛੀ ਜ਼ਿੰਦਗੀ ਦਾ ਰਾਜ ਹੈਗਾ, ਹੋਰ ਕੁਛ ਨਹੀਂ ਹੈਗਾ। ਅਤੇ ਬਾਕੀ ਜ਼ਿੰਦਗੀ 'ਚ ਮੈਂ ਨਾ ਖੁਸ਼ ਰਹਿਣਾ, ਕੀ ਬਾਤ ਹੈ, ਇਹ ਸਭ ਤੋਂ ਵੱਡੀ ਗੱਲ ਹੈ। ਮੈਂ ਤੇਰੇ ਨਾਲ ਬੈਠਾ ਵੀ ਜੀ ਆਨੰਦ ਮਾਣ ਰਿਹਾ ਜੀ, ਬਿਲਕੁਲ, ਆਪਣੀਆਂ ਇਹ ਗੱਲਾਂ, ਆਪਣੀ ਇਹ ਗੁਫ਼ਤਗੂ ਪਤਾ ਨਹੀਂ ਕਿੰਨੇ ਕੁ ਲੋਕਾਂ ਤੱਕ ਯੂਟਿਊਬ ਦੇ ਜ਼ਰੀਏ, ਤੁਹਾਡੇ ਚੈਨਲ ਦੇ ਜ਼ਰੀਏ ਕਿੱਥੇ ਕਿੱਥੇ ਪਹੁੰਚਣੀ ਹੈ, ਡੈਫੀਨੇਟਲੀ। ਹੈਂ, ਅਤੇ ਉਹ ਬੰਦਾ ਵੀ ਬੈਠਾ ਇੰਜੋਏ ਕਰੇ, ਉਹ ਛੱਡ ਕੇ ਨਾ ਜਾਵੇ, ਉਹ ਕਹੇ ਨਹੀਂ ਯਾਰ ਗੱਲ ਕੋਈ ਅੱਛੀ ਹੋ ਰਹੀ ਹੈ। ਸੋ ਮੈਂ ਇੰਜੋਏ ਕਰ ਰਿਹਾ, ਸਹੀ ਹੈ। ਹੈਂ, ਸੋ ਜ਼ਿੰਦਗੀ 'ਚ ਪਤਾ ਨਹੀਂ ਹੁਣ ਤੱਕ ਕਿੰਨੀਆਂ ਕੁ ਇੰਟਰਵਿਊਜ਼ ਕੀਤੀਆਂ ਨੇ, ਪਰ ਮੈਨੂੰ ਇਹ ਹੁੰਦਾ ਕਿ ਮੈਂ ਸੱਚ ਬੋਲਾਂ ਜੀ, ਅਤੇ ਮੈਂ ਆਪਦੀ ਜ਼ਿੰਦਗੀ ਦੀ ਜੋ ਮੈਂ ਕੁਛ ਕੀਤਾ ਜਾਂ ਜੋ ਮੈਂ ਕੁਛ ਕਰ ਰਿਹਾ, ਅੱਛਾ ਕਰ ਰਿਹਾ, ਉਹਦੇ ਬਾਰੇ ਲੋਕਾਂ ਨੂੰ ਵੀ ਜਾਗਰਿਤ ਕਰਾਂ, ਅਤੇ ਮੈਂ ਅਵੇਅਰਨੈਸ ਪੈਦਾ ਕਰਨ ਦੇ ਲਈ ਲੋਕਾਂ 'ਚ ਜਾਂਦਾ ਕਿ ਭਰਾਵੋ ਬਚੋ, ਬਿਮਾਰੀਆਂ ਤੋਂ ਬਚੋ, ਡਾਕਟਰਾਂ ਤੋਂ ਬਚੋ ਜੀ, ਬਿਲਕੁਲ, ਕਿਉਂਕਿ ਮੈਡੀਸਨ ਕੋਈ ਇਲਾਜ ਨਹੀਂ ਦੁਨੀਆ 'ਚ, ਦਵਾਈਆਂ ਕੋਈ ਇਲਾਜ ਨਹੀਂ ਹੈਗੀਆਂ, ਬੰਦਾ ਖੁਦ ਠੀਕ ਰਹੇ ਉਹੀ ਇਲਾਜ ਹੈ। ਕਿਆ ਬਾਤ ਹੈ ਜੀ, ਕਿਆ ਬਾਤ ਹੈ, ਵੱਡੀ ਗੱਲ ਹੈ। ਅਤੇ ਅੱਜ ਕੱਲ੍ਹ ਸਾਡੀ ਸਿਹਤ ਨਾਲ ਸਮੱਸਿਆ ਮੈਂ ਬਹੁਤ ਸਾਹਮਣੇ ਆਉਂਦੀਆਂ ਨੇ, ਅਤੇ ਸਰ ਆਪਾਂ ਕਹਿੰਦੇ ਨਾ ਹੈਲਥ ਇਜ਼ ਵੈਲਥ, ਉਹ ਵੀ ਇਗਜ਼ਾਮਪਲ ਨੇ ਕਿ ਅਗਰ ਇਹ ਫਿੱਟ ਰਹਿ ਸਕਦੇ ਨੇ ਤਾਂ ਅਸੀਂ ਕਿਉਂ ਨਹੀਂ ਫਿੱਟ ਰਹਿ ਸਕਦੇ। ਬਸ ਜ਼ਰੂਰਤ ਹੈ ਥੋੜ੍ਹਾ ਜਿਹਾ ਆਪਣੇ ਆਪ ਦੇ ਵਿੱਚ ਚੇਂਜ ਲੈ ਕੇ ਆਉਣ ਦੀ। ਬਸ ਆਖਰੀ ਸਵਾਲ, ਜਾਂਦੇ ਜਾਂਦੇ ਕੁਛ ਨਵਾਂ ਪੰਮੀ ਬਾਈ ਜੀ ਕੋਲੋਂ ਸਾਨੂੰ, ਨਵਾਂ ਕਿਸ ਤਰ੍ਹਾਂ ਦਾ ਰੰਗ ਰੂਪ, ਨਵਾਂ ਆਉਣ ਵਾਲੇ ਟਾਈਮ 'ਚ ਕੀ ਜਲਦੀ ਤੋਂ ਜਲਦੀ ਤੁਹਾਡੇ ਫੈਨਸ ਨੂੰ ਦੇਖਣ ਨੂੰ ਮਿਲ ਸਕਦਾ, ਜੋ ਤੁਸੀਂ ਪਲੈਨ ਕਰ ਰਹੇ ਹੋ? ਦੇਖੋ ਜੀ, ਗੱਲ ਇਹ ਹੈਗੀ ਹੈ ਵੀ ਪਲੈਨਿੰਗਸ ਤਾਂ ਹੁਣ ਮੈਂ 9 ਗਾਣੇ ਰਿਕਾਰਡ ਕੀਤੇ ਹੋਏ ਨੇ ਜੀ, ਉਹਨਾਂ 'ਚ 1-2 ਗਾਣੇ ਮੇਰੇ ਬਾਹਰਲੇ ਕਲਾਕਾਰਾਂ ਦੇ ਨਾਲ ਸਾਂਝੇ ਨੇ। ਉਹਦੇ 'ਚ ਇੱਕ ਭਾਅ ਜੀ ਸ਼ੌਕਤ ਅਲੀ ਸਾਹਿਬ ਦੇ ਬੇਟੇ ਮੋਨਸਿਨ ਸ਼ੌਕਤ ਅਲੀ ਨਾਲ ਬਾਬੇ ਨਾਨਕ ਦੇ ਉੱਤੇ 9 ਨਵੰਬਰ ਨੂੰ ਰਿਲੀਜ਼ ਕੀਤਾ ਸੀ ਜੀ, ਇੱਕ 9 ਅਕਤੂਬਰ ਨੂੰ ਇਸ਼ਕ ਦੀ ਮੂਰਤ ਰਿਲੀਜ਼ ਕੀਤਾ, ਬਿਲਕੁਲ, ਇੱਕ 9 ਦਸੰਬਰ ਨੂੰ ਬੋਲੀਆਂ ਅਰਪਣ ਕੀਤੀਆਂ ਨੇ, ਬਿਲਕੁਲ, ਲੇਟੈਸਟ ਬੋਲੀਆਂ, ਡੈਫੀਨੇਟਲੀ। ਅਤੇ ਹੁਣ 9 ਜਨਵਰੀ ਨੂੰ ਇੱਕ ਅਗਲਾ ਗੀਤ ਧਮਾਲ 2। 9 ਨਾਲ ਖਾਸ ਪਿਆਰ ਪੈ ਗਿਆ ਜੀ ਕੋਈ? ਮੇਰਾ 9 ਨੂੰ ਬਰਥਡੇ ਹੈ, ਮੇਰੀ 9 ਤਰੀਕ ਜਨਮ ਤਰੀਕ ਹੈ। ਕੀ ਬਾਤ ਹੈ, ਸੋ ਇਸ ਕਰਕੇ ਪਿਆਰ ਆਪਦੀ ਤਰੀਕ ਨਾਲ ਹਰੇਕ ਨੂੰ ਹੁੰਦਾ। ਕਿਹੜਾ ਮਹੀਨਾ ਜੀ? ਮੇਰਾ ਨਵੰਬਰ, 9 ਨਵੰਬਰ, ਸਕਾਰਪੀਓ। ਕੀ ਬਾਤ ਹੈ, ਸੋ ਮੇਰੀ ਮਤਲਬ ਕਿ ਜਿਹੜੀ ਹੈਗੀ ਹੈ ਇਹੀ ਵਿਸ਼ ਹੈਗੀ ਹੈ ਕਿ ਮੈਂ ਉਹ 9 ਗੀਤ ਜੀ, ਕੀ ਬਾਤ, ਇੱਕ ਇੱਕ ਕਰਕੇ ਹਰ ਮਹੀਨੇ ਦੇਵਾਂ। ਇੱਕ ਗੱਲ ਹੋਰ ਤੁਹਾਨੂੰ ਦੱਸਣਾ ਚਾਹੁੰਦਾ ਸਾਰੇ ਮੇਰੇ ਰੱਬ ਵਰਗੇ ਸਰੋਤਿਆਂ ਨੂੰ ਜੀ, ਕਿ ਇੱਕ ਮੇਰਾ ਪੁਰਾਣਾ ਟਰੈਕ ਜੋ ਮੇਰੇ ਤੋਂ ਮੰਗ ਕੇ ਲੈਤਾ, ਬਹੁਤ ਵੱਡੇ ਸਾਡੇ ਫਨਕਾਰ ਨੇ ਬਾਲੀਵੁੱਡ ਦੇ ਜੀ, ਅਤੇ ਜਿਹੜਾ ਮੇਰਾ ਬਹੁਤ ਵੱਡਾ ਫੈਨ ਵੀ ਹੈ, ਅਤੇ ਮੇਰਾ ਲਿਸਨਰ ਵੀ ਹੈ, ਅਤੇ ਮੇਰਾ ਦੋਸਤ ਵੀ ਹੈ, ਛੋਟਾ ਭਰਾ ਹੈ ਮੇਰਾ ਅਜ਼ੀਜ਼ ਹੈਗਾ, ਉਹਨੇ ਸਪੈਸ਼ਲੀ ਇਹ ਗੱਲ ਮੈਨੂੰ ਕਹੀ ਕਿ ਮੈਂ ਤੁਹਾਡੇ ਨਾਲ ਗਾਣਾ ਕਰਨਾ ਚਾਹੁੰਦਾ ਜੀ। ਕਿਆ ਬਾਤ ਹੈ, ਸੋ ਇੱਕ ਗਾਣਾ ਜਿਹੜਾ ਹੈਗਾ ਜੋ ਮੇਰਾ ਬਹੁਤ ਜ਼ਿਆਦਾ ਪਾਪੂਲਰ ਹੋਇਆ, ਅਸ਼ਕੇ। ਹਾਂ, ਅਸ਼ਕੇ, ਕਿਆ ਬਾਤ ਹੈ, ਅਤੇ ਉਹ ਮੈਂ ਬਹੁਤ ਜਲਦ ਮੀਕਾ ਸਿੰਘ ਨਾਲ ਕਰਾਂ। ਅਰੇ ਅਰੇ ਅਰੇ, ਕਿਆ ਬਾਤ ਹੈ ਜੀ, ਕਿਆ ਬਾਤ ਹੈ, ਮਤਲਬ ਯੂਟਿਊਬ 'ਤੇ ਤਾਂ ਸਾਡੀਆਂ ਗੱਡੀਆਂ 'ਚ ਧੂਮਾਂ ਪੈਣ ਵਾਲੀਆਂ ਨੇ, ਕਿਉਂਕਿ ਪੰਜਾਬੀਅਤ ਅਤੇ ਉਹ ਵੈਸਟਰਨ ਟੱਚ ਜਦੋਂ ਮਿਲਦਾ ਹੈ ਨਾ, ਤਾਂ ਇਹ ਵੀ ਵੱਖਰਾ ਇੱਕ ਰੰਗ ਬਣ ਜਾਂਦਾ, ਅਤੇ ਬਾਕੀ ਮਤਲਬ ਸਾਡੀਆਂ ਗੱਡੀਆਂ 'ਚ ਸੁਣਨ ਨੂੰ ਸਾਨੂੰ ਇੱਕ ਜ਼ਬਰਦਸਤ ਗਾਣਾ ਬੜੀ ਜਲਦੀ ਮਿਲੂਗਾ। ਸੋ ਦੋਸਤੋ, ਇਹ ਸੀ ਸਾਡੇ ਨਾਲ ਪਰਮਜੀਤ ਸਿੰਘ ਸਿੱਧੂ ਸਰ, ਯਾਨੀ ਕਿ ਪੰਮੀ ਬਾਈ ਤੁਹਾਡੇ ਆਪਣੇ, ਅਤੇ ਇਹ ਬੁੱਕ ਸਾਡੇ ਲਈ ਇੰਸਪੀਰੇਸ਼ਨ ਹੈ, ਇਸ ਬੁੱਕ ਤੋਂ ਸ਼ੁਰੂ ਕੀਤਾ ਸੀ, ਇਸ ਬੁੱਕ 'ਤੇ ਹੀ ਖਤਮ ਕਰੂੰਗਾ, ਕਿਉਂਕਿ ਵਰਲਡ ਦੇ ਟੌਪ 100 ਪੰਜਾਬੀਆਂ ਦੇ ਵਿੱਚ ਆਪਣੇ ਆਪਣੇ ਨਾਮ ਨੂੰ ਇਹ ਲੈ ਕੇ ਆਏ ਨੇ, ਅਤੇ ਇਹ ਬੁੱਕ ਤੁਸੀਂ ਗੂਗਲ 'ਤੇ ਸਰਚ ਕਰਕੇ ਵੀ ਇਹਦੇ ਬਾਰੇ ਤੁਹਾਨੂੰ ਜਿਹੜੀ ਡਿਟੇਲ ਉਹ ਮਿਲ ਜਾਣੀ ਹੈ ਜੀ। ਬਾਕੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਇਸ ਬੁੱਕ ਦੀ ਡਿਟੇਲ ਤੁਹਾਨੂੰ ਪਾ ਦੂੰਗਾ, ਅਤੇ ਤੁਸੀਂ ਉਹ ਦੇਖ ਲੈਣਾ ਡਿਸਕ੍ਰਿਪਸ਼ਨ ਦੇ ਵਿੱਚ ਜਾ ਕੇ ਇਸ ਬੁੱਕ ਦੀ ਪੂਰੀ ਨੌਲੇਜ, ਅਤੇ ਪਤਾ ਲੱਗ ਜਾਏ ਕਿ ਕਿਹੜੀਆਂ 100 ਸ਼ਖਸੀਅਤਾਂ ਨੇ ਪੰਜਾਬ ਦੀਆਂ, ਪੰਜਾਬ ਜੋ ਅਸਲ 'ਚ ਪੰਜਾਬੀ ਨੇ, ਕਿਸੇ ਰਿਲੀਜੀਅਸ ਨਾਲ ਨਹੀਂ, ਕਿਸੇ ਖਾਸ ਸਿੱਖਿਜ਼ਮ ਨਾਲ ਜਾਂ ਕਿਸੇ ਧਰਮ ਨਾਲ ਨਹੀਂ, ਪੰਜਾਬੀ ਜਿਨ੍ਹਾਂ ਦਾ ਓਰੀਜਨ ਪੰਜਾਬੀ ਆ, ਉਹਨਾਂ 100 ਸ਼ਖਸੀਅਤ ਨੂੰ ਇਸ ਬੁੱਕ 'ਚ ਸ਼ਾਮਿਲ ਕੀਤਾ ਗਿਆ, ਅਤੇ ਪੰਮੀ ਬਾਈ ਜੀ ਵੀ ਸਾਡੇ ਉਹਨਾਂ ਦੇ ਵਿੱਚੋਂ ਇੱਕ ਨੇ, ਅਤੇ ਸਾਡੇ ਲਈ ਬਹੁਤ ਵੱਡੀ ਮਾਣਮੱਤੀ ਗੱਲ ਆ, ਅਤੇ ਗੋਰਿਆਂ ਦੇ ਵੱਲੋਂ ਇਸ ਬੁੱਕ ਨੂੰ ਪਬਲਿਸ਼ ਕੀਤਾ ਗਿਆ ਹੈ, ਕਿਸੇ ਪੰਜਾਬੀ ਜਾਂ ਕਿਸੇ ਇੰਡੀਅਨ ਵੱਲੋਂ ਨਹੀਂ, ਗੋਰਿਆਂ ਦਾ ਵੱਡਾ ਯੋਗਦਾਨ ਹੈ ਇਸ ਬੁੱਕ ਦੇ ਵਿੱਚ, ਅਤੇ ਜਦੋਂ ਕਿਸੇ ਹੋਰ ਕੰਟਰੀ ਦੇ ਲੋਕ ਕੋਈ ਸਾਡਾ ਚਿਹਰਾ ਚੁਣ ਕੇ ਸਾਨੂੰ ਇਹ ਬੁੱਕ ਤੋਹਫੇ ਦੇ ਰੂਪ ਦੇ ਵਿੱਚ ਦਿੰਦੇ ਨੇ, ਤਾਂ ਸਾਡੇ ਲਈ ਵੱਡੀ ਗੱਲ ਆ। ਅਤੇ ਹੁਣ ਦੇਖਦੇ ਹਾਂ ਕਿ ਅਗਲੇ 100 ਪੰਜਾਬੀਆਂ ਦੇ ਵਿੱਚ ਮੇਰਾ ਨਾਂ ਆਉਂਦਾ ਕਿ ਨਹੀਂ।
ਖੈਰ ਚਲੋ, ਸਾਡੇ ਲਈ ਇਹ ਇੰਸਪੀਰੇਸ਼ਨ ਨੇ ਸਰ, ਅਸੀਂ ਇਹਨਾਂ ਨੂੰ ਹੀ ਦੇਖ ਕੇ ਸਿੱਖੇ ਹਾਂ ਅਤੇ ਇਹਨਾਂ ਤੋਂ ਹੀ ਇੰਸਪੀਰੇਸ਼ਨ ਲੈਣੀ ਆ ਅਤੇ ਜ਼ਰੂਰ ਅੱਗੇ ਵਧਣ ਦੀ ਹਮੇਸ਼ਾ ਕੋਸ਼ਿਸ਼ ਕਰਨੀ ਆ। ਸੋ ਤੁਹਾਡੀ ਖਾਸ ਡਿਮਾਂਡ ਆਈ ਸੀ ਸਾਨੂੰ ਸਿਡਨੀ ਤੋਂ ਕਿ ਪੰਮੀ ਬਾਈ ਜੀ ਦੇ ਨਾਲ ਸਾਨੂੰ ਰੂਬਰੂ ਕਰਵਾਇਆ ਜਾਵੇ। ਸੋ ਬਹੁਤ ਸਾਰੀਆਂ ਗੱਲਾਂ ਉਹਨਾਂ ਨੇ ਦੱਸੀਆਂ ਅਤੇ ਮੈਨੂੰ ਲੱਗਦਾ ਬਹੁਤ ਸੋਹਣਾ ਤੁਹਾਨੂੰ ਚੀਜ਼ਾਂ ਸਿੱਖਣ ਨੂੰ ਮਿਲੀਆਂ ਹੋਣਗੀਆਂ। ਸੋ ਇਸੇ ਤਰ੍ਹਾਂ ਦੀਆਂ ਸ਼ਖਸੀਅਤਾਂ ਤੁਹਾਡੇ ਆਪਾਂ ਰੂਬਰੂ ਕਰਵਾਉਂਦੇ ਰਹਾਂਗੇ। ਹੁਣ ਮੈਨੂੰ ਅਤੇ ਤੁਹਾਡੇ ਆਪਣੇ ਪੰਮੀ ਬਾਈ ਜੀ ਨੂੰ ਦਿਓ ਇਜਾਜ਼ਤ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।